आम जिमीदारां वास्ते अज दी वीडियो है जिहड़ी बहुत जानकारी भरपूर आ। आपां गिल इलैक्ट्रीशियन दे आए हां पिंड चन्नणवाल, इत्थे इह सैकंड हैंड मच्छी मोटरां जिहड़ियां उह बेचदे ते खरीददे आ। आपां इहनां तों जानकारी लैणी आ कि इस वक्त ब्रांडड मोटरां दा रेट की चलदा पावर मगर, ते जिहड़ियां देसी मोटरां उहनां दा रेट की चलदा मोटर मगर, किन्ने च मोटर मिलदी आ, जां लद फलद भी करदे आ, आटा सट्टा भी कर लैंदे आ, अल्ट सल्ट भी कर लैंदे आ। आपां सारी गल्लबात करदे ते ढेर सारी मच्छी मोटरां बारे आपां ढेर सारी जानकारी प्राप्त करनी उहनां तों, जिन्ना उहनां दा एक्सपीरियंस आ सारा आपां 5-10 मिंटां दे विच कढ लैणा उहनां दे ढिड दे विचों। आ जाओ प्रीत, आपां चलदे आ गिल इलैक्ट्रीशियन वालिआं दे ते करदे आ बाई हुणां नाल गल। ਬਾਈ ਧੀਰੇ ਨੂੰ ਮਿਲਦੇ ਆ ਤੇ ਕਰਦੇ ਆ ਗੱਲਬਾਤ। ਅੱਜ ਆਪਾਂ ਮੱਛੀ ਮੋਟਰਾਂ ਬਾਰੇ ਪੂਰੀ ਜਾਣਕਾਰੀ ਲੈਣੀ ਆ ਵੀ ਕੀ ਸੈਕੰਡ ਹੈਂਡ ਮੱਛੀ ਮੋਟਰ ਦਾ ਕੀ ਰੇਟ ਚੱਲਦਾ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆ ਬਾਈ ਧੀਰਾ ਜਿਹੜੇ ਦੁਕਾਨ ਦੇ ਸੰਚਾਲਕ ਆ, ਬਾਈ ਪਹਿਲਾਂ ਤਾਂ ਸਾਰਿਆਂ ਨੂੰ ਨਾ ਇਸ ਗੱਲ ਦਾ ਤੇਰਾ ਧੰਨਵਾਦ ਆ ਕਿ ਤੁਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਬਹੁਤ ਸੋਹਣਾ ਕੰਮ ਕਾਰ ਕਰ ਲਿਆ, ਅੱਜ ਤੇਰਾ ਪੰਜਾਬ ਦੇ ਵਿੱਚ ਬਾਈ ਨਾਂ ਚੱਲਦਾ। ਮੈਂ ਤਾਂ ਜੀ ਕੌਣ ਹੈ, ਤਾਂ ਉਹ ਪਰਮਾਤਮਾ ਹੈ, ਮੇਰਾ ਤਾਂ ਕੋਈ ਸਹੀ ਨਹੀਂ ਗਾ। ਹਾਂ, ਬਾਕੀ ਜਿੰਨਾ ਤੁਸੀਂ ਆਹ ਪ੍ਰੋਗਰਾਮ ਨੂੰ ਦੇਖ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਠੀਕ ਹੈ, ਬਿਮਾਰੀਆਂ ਡਵਾਰੀਆਂ ਤੋਂ ਬਚਾਈ ਰੱਖੇ। ਚਲੋ ਜੀ, ਅਤੇ ਆ ਜਾ ਬਾਈ, ਹੁਣ ਨਾ ਮੈਨੂੰ ਸਾਰਾ ਨਾ ਦੱਸ ਆਪਦੀਆਂ ਮੋਟਰਾਂ ਬਾਰੇ ਕਿ ਤੁਹਾਡੇ ਕੋਲ ਜਿਹੜੀ ਮੋਟਰ ਆ, ਪਹਿਲਾਂ ਮੋਟਾ ਜਿਹਾ ਪਸਾਬ ਲਾਉਂਦੇ ਹਾਂ ਵੀ ਜਿਹੜਾ ਬੰਦਾ ਸੈਕਿੰਡ ਹੈਂਡ ਮੋਟਰ ਖਰੀਦਣੀ ਚਾਹੁੰਦਾ, ਕੋਈ ਦਿਮਾਗ 'ਚ ਕਿਸੇ ਦੇ ਬੈਠੀ 7:30 ਦੀ ਕੋਈ ਕਿਤੇ। ਮੋਟਰਾਂ ਦੋ ਤਰ੍ਹਾਂ ਦੀਆਂ, ਇੱਕ ਦੇਸੀ ਮੋਟਾ ਜਿਹਾ ਹਿਸਾਬ ਅਤੇ ਇੱਕ ਕੰਪਨੀਆਂ ਵਾਲੀਆਂ, ਠੀਕ ਹੈ ਜੀ। ਜਿਹੜੀ ਕੰਪਨੀ ਵਾਲੀ ਮੋਟਰ ਆ ਕੋਈ CRI ਦੀ ਆ, CRI ਦੀ ਆ, CRI ਤੋਂ ਸ਼ੁਰੂ ਕਰ ਲੈਂਦੇ ਆਪਾਂ, ਠੀਕ ਹੈ, ਠੀਕ ਹੈ। ਉਹਦਾ ਸੈਕਿੰਡ ਹੈਂਡ ਦਾ, ਠੀਕ ਹੈ, ਕੀ ਰੇਟ ਚੱਲਦਾ ਪਾਵਰ ਦੇ ਹਿਸਾਬ ਨਾਲ? ਜਿਵੇਂ CRI ਮੋਟਰ ਜੀ ਸਾਡੇ ਕੋਲ 1000 ਰੁਪਇਆ ਪਾਵਰ ਤੋਂ ਚੱਲ ਪੈਂਦੀ ਆ ਜੀ। ਮਹਿੰਗੀ ਲੈ ਲਓ, ਸਸਤੀ ਲੈ ਲਓ, ਜਿਹੋ ਜਿਹੀ ਵੀ ਅਗਲੇ ਦੀ ਡਿਮਾਂਡ ਆ ਉਸ ਹਿਸਾਬ ਨਾਲ ਸਾਡੇ ਕੋਲ ਮੋਟਰ ਆ ਇਸ ਟਾਈਮ ਦੀ। ਨਹੀਂ, 1000 ਰੁਪਇਆ ਪਾਵਰ ਚੱਲ ਪਈ, ਮੰਨ ਲਓ 15 ਦੀ ਮੋਟਰ ਆ, 15000 'ਚ ਸੈਕਿੰਡ ਹੈਂਡ 15000 'ਚ ਵੀ ਮਿਲ ਜਾਂਦੀ ਆ ਜੀ। ਜਿਵੇਂ ਹੁਣ ਉਹ ਮੋਟਰ ਆ ਗਈ, ਜਿਵੇਂ ਦੇਸੀ ਮੋਟਰ ਆ ਗਈ, ਕਲਿਆਣੀ ਆ ਗਈ, ਬਰੂਨਾ ਆ ਗਈ, ਤੇ ਜਿਵੇਂ ਹੋਰ BS ਵਗੈਰਾ ਮੋਟਰ ਆ ਗਈਆਂ ਜੀ, ਉਹ 1000 ਰੁਪਇਆ ਪਾਵਰ ਤੋਂ ਚੱਲ ਪੈਂਦੀਆਂ ਨੇ। ਜਿਵੇਂ ਹੁਣ ਤੁਸੀਂ CRI ਦੀ ਗੱਲ ਕੀਤੀ ਸਾਡੇ ਕੋਲ ਜੀ, 7:30 ਤੋਂ ਲੈ ਕੇ 10 ਤੱਕ, 7:30 ਦੀ ਮੋਟਰ CRI ਸਾਡੇ ਕੋਲ 9000 ਤੋਂ ਲੈ ਕੇ 11000 ਤੱਕ ਰੇਟ ਦੀ ਪਈ ਹੈ। ਠੀਕ ਆ, ਠੀਕ ਹੈ ਜੀ, ਠੀਕ ਆ। 9000 ਤੋਂ ਲੈ ਕੇ 11, ਜਿਹੜੀ 9 ਵਾਲੀ ਤੇ 11 ਵਾਲੀ 'ਚ ਕੀ ਫਰਕ? ਉਹਦਾ ਅੰਤਰ ਇਹ ਹੁੰਦਾ ਗਾ ਜੀ, ਜਿਵੇਂ ਤੁਹਾਨੂੰ ਆਹ ਮੈਂ ਮੋਟਰਾਂ ਦਾ ਹੋਣਾ ਗਾ, CRI ਪਈ ਆ ਹੋਣਾ 7:30 ਦੀ ਮੋਟਰ ਹੈਗੀ ਜੀ, ਇਹਦੀ ਹਾਲਤ ਦੇ ਹਿਸਾਬ ਨਾਲ ਹੈ, ਇਹ 9000 ਦੀ ਮੋਟਰ ਹੈਗੀ, ਠੀਕ ਹੈ ਜੀ। ਜਿਵੇਂ ਇੱਥੇ ਆਹ CRI ਪਈ ਹੈਗੀ, ਇਹ ਆ, ਇਹ 11000 ਦੀ ਹੈ ਜੀ, ਇਹਦੇ ਉੱਪਰਲੀ ਹਾਲਤ ਦੇ ਹਿਸਾਬ ਨਾਲ, ਹਾਲਤ ਦੇ ਹਿਸਾਬ ਨਾਲ, ਰੰਗ ਦੇ ਹਿਸਾਬ ਨਾਲ ਮੋਟਰ ਹੈ। ਨਹੀਂ, ਚਲੋ ਉੱਤੋਂ ਤਾਂ ਇਹਨੇ ਵਿੱਚ ਹੀ ਪੈ ਜਾਣਾ। ਹਾਂਜੀ, ਅੰਦਰੋਂ 9 ਵਾਲੀ ਤੇ 11 ਵਾਲੀ 'ਚ ਕੀ ਫਰਕ ਆ? ਕੋਰ ਕੋ ਕੀ ਆ, ਕੀ ਕੀ ਉਹਦਾ ਕੀ ਨੁਕਸ ਕੀ ਪਿਆ? ਕੋਰ ਦੀ ਜਿਵੇਂ ਹੁਣ ਕੋਰ ਆਈ, ਪਹਿਲਾਂ ਹੁਣ ਮੰਨ ਲਓ ਅਸੀਂ ਤੁਹਾਡੇ ਤੋਂ ਵੀ ਮੋਟਰ ਲੈ ਲਈ ਜੀ, ਲਿਆਉਣ ਸਾਰ ਪਹਿਲਾਂ ਅਸੀਂ ਮੋਟਰ ਖੋਲ ਕੇ ਦੇਖਦੇ ਆ ਵੀ ਕਿਸੇ ਦੀ ਕੋਰ ਨਾ ਘੁੰਮੀ ਹੋਵੇ, ਕੋਈ ਮੋਟਰ 'ਚ ਫਾਲਟ ਨਾ ਹੋਵੇ। ਜੇ ਅਸੀਂ ਸੋਤੋਂ ਮੋਟਰ, ਜੇ ਅਸੀਂ ਸੋਤੋਂ ਮੋਟਰ ਲੈ ਵੀ ਲਈ ਜੀ, ਤਾਂ ਜੇ ਉਹਦੀ ਕੋਰ ਕੋਈ ਆ, ਉਹਨੂੰ ਨਾਲ ਦੀ ਨਾਲ ਉਹਦਾ ਫੋਨ ਜਾ ਵੜਨਾ ਜੀ ਵੀ ਬਾਈ ਜੀ ਅਸੀਂ ਮੋਟਰ ਨਹੀਂ ਲੈਣੀ, ਆਪਦੀ ਚੱਕ ਕੇ ਲੈ ਜਾਓ, ਸਾਡੇ ਪੈਸੇ ਦੇ ਦਿਓ, ਅਸੀਂ ਉਹ ਕੰਮ ਹੀ ਨਹੀਂ ਕਰਦੇ, ਠੀਕ ਹੈ ਜੀ। ਬਾਕੀ ਜਿਵੇਂ ਹਾਲਤਾਂ ਰੰਗ ਮੋਟਰ 'ਤੇ ਵਧੀਆ ਪਿਆ ਹੈਗਾ, ਮੋਟਰ ਕੰਪਨੀ ਬ੍ਰਾਂਡ ਆ, ਤੇ ਉਹ ਆ ਜਿਹੜੀ ਗਾ, ਉਹ ਹਾਲਤ ਦੇ ਹਿਸਾਬ ਨਾਲ ਮੋਟਰ ਅਸੀਂ ਲੈਂਦੇ ਹਾਂ, ਤੇਰਾ ਹਾਲਤ ਦੇ ਹਿਸਾਬ ਨਾਲ ਹੀ ਲਈ। ਜੇ ਸੜੀ ਹੋਊਗੀ ਕੋਈ ਚੱਕਰ ਨਹੀਂ, ਜੇ ਕੋਈ ਅੰਦਰੋਂ ਉਹਦੇ ਜਮਾ ਹੀ ਉਹਦੀ ਕੋਰ ਹੀ ਘੁੰਮ ਗਈ? ਨਹੀਂ, ਉਹ ਲੈਂਦੇ ਹੀ ਨਹੀਂ ਜੀ। ਪਹਿਲੀ ਗੱਲ ਤਾਂ ਜੀ, ਤੁਸੀਂ ਹੁਣ ਆਹ ਮੋਟਰਾਂ ਜਿੰਨੀਆਂ ਵੀ ਦੇਖ ਰਹੇ ਹੋਗੇ, ਮੇਰੇ ਕੋਲੇ ਮਾੜੀ ਮੋਟਰ ਹੈ ਹੀ ਨਹੀਂ ਗੀ, ਨਾ ਮੈਂ ਮਾੜੀ ਮੋਟਰ ਲੈਂਦਾ, ਠੀਕ ਹੈ ਨਾ। ਮੇਰੇ ਕੋਲ ਜਿਹੜੀ ਵੀ ਮੋਟਰ ਹੋਊਗੀ ਰੰਗ ਵਾਲੀ ਹੋਊਗੀ, ਤੇ ਵਧੀਆ ਸਾਫ਼ ਮੋਟਰ ਮੈਂ ਲੈਂਦਾ, ਤੇ ਸਾਫ਼ ਹੀ ਮੈਂ ਵੇਚਦਾ। ਤੇ ਜਿਹੜੀ ਦੇਸੀ ਆ, ਜਿਹੜੀਆਂ CRI ਲੁੱਬੀ ਤੋਂ ਬਿਨਾ ਦੇਸੀ ਮੋਟਰਾਂ ਹੁੰਦੀਆਂ, ਹਾਂਜੀ ਹਾਂਜੀ, ਦੇਸੀ ਮੋਟਰਾਂ ਦਾ ਸੈਕਿੰਡ ਹੈਂਡ ਦਾ ਕੀ ਰੇਟ ਚੱਲਦਾ? ਉਹ ਤਾਂ ਜੀ, ਜਿਵੇਂ ਹੁਣ 7:30 ਦੀ ਮੋਟਰ ਹੈ, 6000 ਦੀ ਕੱਟ ਲੈਂਦੇ ਆ, 7000 ਦੀ ਕੱਟ ਲੈਂਦੇ ਆ, ਇਦੋਂ ਵੱਧ ਅਸੀਂ ਕੱਟਦੇ ਨਹੀਂ। ਜੇ ਬਾਹਲੀ ਹਾਲਤ ਖਰਾਬ ਆ ਗਈ, ਉਹ ਅਸੀਂ ਰੱਖਦੇ ਨਹੀਂ ਗੇ, ਉਹ ਕਬਾੜ 'ਚ ਛੱਡ ਦਿੰਦੇ ਆ। ਇਹ ਤਾਂ ਤੁਹਾਡਾ ਲੈਣ ਦਾ ਰੇਟ ਹੋ ਗਿਆ, ਜੇ ਕਿਸੇ ਨੇ ਦੇਸੀ ਤੁਹਾਡੇ ਤੋਂ ਲੈਣੀ ਹੋਵੇ? ਜੇ ਹੁਣ ਸਾਥੋਂ ਅਗਲੇ ਨੇ ਮੋਟਰ ਲੈਣੀ ਹੈ ਜੀ, ਕੰਪਨੀ ਦੀ ਦੇਸੀ ਜੀ, ਦੇਸੀ ਦੇਸੀ ਮੋਟਰ ਲੈਣੀ ਹੋਵੇ, 7:30 ਦੀ ਮੰਨ ਲਓ, 7:30 ਦੀ ਜਿਵੇਂ ਇੱਥੇ ਮੋਟਰ ਪਈ ਹੈ ਸਾਡੇ ਕੋਲ, ਆਹ ਪਈ ਹੈਗੀ, ਆਹ ਦੇਸੀ ਮੋਟਰ ਆ ਜੀ ਸਾਡੇ ਕੋਲ, ਠੀਕ ਹੈ ਨਾ। ਇਹ ਮੋਟਰ ਦਾ ਰੇਟ ਹੈ 8:30 ਰੁਪਈਆ ਹੈਗਾ, ਠੀਕ ਆ, ਠੀਕ ਹੈ। ਇਹ ਰਿਪੇਅਰ ਕੀਤੀ ਵੀ ਆ, ਇਹਦਾ ਸਾਰਾ ਕੰਮ ਕੀਤਾ ਵਾ,
ਜਿਹੜੀ ਹੁਣ ਤੁਹਾਡੇ ਕੋਲ ਦੇਸੀ ਮੋਟਰ ਆ ਜੂਗੀ ਹਾਂਜੀ 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 ਦੇਸੀ ਮੋਟਰ ਆ ਗਈ ਤੁਹਾਡੇ ਕੋਲ ਤੁਸੀਂ ਅਗਲੇ ਨੂੰ ਦੇਤੀ ਹਾਂਜੀ ਹਾਂਜੀ ਉਹਦਾ ਉਹਦੀ ਕੀ ਗਾਂ ਚੱਲਣ ਦੀ ਗਰੰਟੀ ਦਿੰਦੇ ਆ ਕੁਸ ਟਾਈਮ ਚੱਲਣ ਦੀ ਦਿੰਦੇ ਆ ਕੀ ਗਰੰਟੀ ਕਿਹੜਾ ਪਾਣੀ ਚੱਕਣ ਨੂੰ ਵੀ ਦਿੰਦੇ ਆ ਕੀ ਕਰਦੇ ਆ ਨਹੀਂ ਨਹੀਂ ਵੀਰੇ ਹਰ ਇੱਕ ਚੀਜ਼ ਦੀ ਉਹਦੀ ਫੁੱਲ ਗਰੰਟੀ ਹੈਗੀ ਸਾਡਾ ਮੇਰੇ ਕੋਲ ਜਿਹੜਾ ਵੀ ਇਸ ਟਾਈਮ ਤੇ ਗਾਹਕ ਆਉਂਦਾ ਗਾ ਉਹਨੂੰ ਮੇਰਾ ਪਹਿਲਾ ਸਵਾਲ ਇਹ ਹੁੰਦਾ ਗਾ ਵੀ ਦੇਖ ਤੂੰ ਰੁਪਈਏ ਲਾਉਣੇ ਆ ਤੂੰ ਰੁਪਈਏ ਲਾਉਣੇ ਆ ਤੂੰ ਮੈਥੋਂ ਮੋਟਰ ਲੈ ਕੇ ਜਾਂਦਾ ਮੁਖਤਰੀ ਲੈ ਕੇ ਜਾਂਦਾ ਤੈਨੂੰ ਚੀਜ਼ ਚੰਗੀ ਲੱਗੀ ਰੱਖ ਲਈ ਨਾ ਚੰਗੀ ਲੱਗੀ ਤਾਂ ਮੇਰੀ ਵਾਪਸ ਕਰ ਦੀ ਠੀਕ ਹੈ ਨਾ ਤੇਰਾ ਪੈਸੇ ਲਾ ਕੇ ਮਨ ਖੁਸ਼ ਹੋਵੇ ਹੁਣ ਮੰਨ ਲਓ ਸੋਤੋਂ ਮੈਂ ਚੀਜ਼ ਵੀ ਲੈ ਲਈ ਤੋ ਚੱਲੀ ਵੀ ਨਾ ਉੱਥੇ ਚਾਰ ਬੰਦੇ ਖੇਤ ਘਰੇ ਖੜੇ ਆ ਗਏ ਤੇ ਤਿੰਨ ਬੁੜੀਆਂ ਚਾਰ ਬੁੜੀਆਂ ਘਰੇ ਰੋਟੀਆਂ ਲਾਈ ਜਾਂਦੀਆਂ ਜੱਟ ਧੁੱਪੇ ਬੱਚੀ ਜਾਂਦਾ ਉਹ ਮੇਰਾ ਕਦੇ ਵੀ ਕੰਮ ਨਹੀਂ ਹੈਗਾ ਨਾ ਮੈਂ ਕਰਨਾ ਹੈਗਾ ਠੀਕ ਹੈ ਨਾ ਮੈਂ ਖੁਦ ਅਗਲੇ ਨੂੰ ਇਹ ਕਹਿੰਦਾ ਜਿਹੜਾ ਮੇਰੀ ਦੁਕਾਨ ਦੀ ਦੇਹੜੀ ਤੇ ਵੀ ਆਉਂਦਾ ਹੈਗਾ ਵੀ ਬਾਈ ਜੀ ਜੇ ਤੁਹਾਨੂੰ ਮੋਟਰ ਚੰਗੀ ਲੱਗੀ ਰੱਖ ਲਓ ਨਾ ਚੰਗੀ ਲੱਗੀ ਮੇਰੀ ਮੋਟਰ ਵਾਪਸ ਕਰ ਦਿਓ ਮੈਨੂੰ ਕੋਈ ਵੀ ਇਤਰਾਜ਼ ਨਹੀਂ ਹੈਗਾ ਹਾਂ ਤੂੰ ਜਿੱਥੇ ਮਰਜ਼ੀ ਲੈ ਕੇ ਪਾ ਲਈ ਹਾਂ ਚਾਹੇ ਤੁਸੀਂ ਹੁਣ ਮੈਥੋਂ ਮੰਨ ਲਓ ਕੋਈ ਮੇਰਾ ਵੀਰ ਮੋਟਰ ਲੈ ਕੇ ਜਾਂਦਾ ਹੈਗਾ ਠੀਕ ਆ ਉਹਨੂੰ ਮੈਂ ਕਹਿੰਦਾ ਪੰਜ ਦਿਨ ਚਲਾ ਹਫ਼ਤਾ ਚਲਾ ਦਸ ਦਿਨ ਚਲਾ ਤੇਰੀ ਰੂਹ ਹੋ ਜੂਗੀ ਮੋਟਰ ਰੱਖ ਲਈ ਤੇਰੇ ਤੇ ਮੇਰਾ ਕੋਈ ਵੀ ਉਹ ਨਹੀਂ ਹੈਗਾ ਠੀਕ ਹੈ ਨਾ ਆ ਵੀ ਨਹੀਂ ਕੱਢੀ ਆਪਦੀ ਮੋੜ ਜੀ ਗੱਲ ਮੋੜ ਜੀ ਹਾਂ ਕਿਉਂ ਜੇ ਪੈਸੇ ਲਾ ਕੇ ਮਾਨ ਹੀ ਨਾ ਖੋਜ਼ਾ ਫਿਰ ਮੇਰਾ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ठीक है बी हूँ देख पुरानी चीज है पर फिर भी है ना ते हुण आपां माड़ा माड़ा रेटां वाले पासे आ जाईए ਜਿਹੜੀਆਂ ਤੁਹਾਡੇ ਕੋਲੇ ਇਸ ਵਕਤ ਸਾਰੀਆਂ ਰਲਮੀਆਂ ਹੀ ਪਈਆਂ ਲੂਬੀ ਦੀਆਂ ਸੀਆਰਆ ਜੀ ਸਾਰੀਆਂ ਪਈਆਂ ਆ ਕੰਪਨੀ ਦੀਆਂ ਹੀ ਪਈਆਂ ਸਾਰੀਆਂ ਇਧਰਲੇ ਪਾਸੇ ਹਾਂਜੀ ਹਾਂਜੀ ਕੰਪਨੀ ਦਾ ਆਪਾਂ ਮੁੱਢੋਂ ਲੱਗ ਜਾਈਏ ਕਿ ਕਿਹੜੀ ਮੋਟਰ ਕਿੰਨੀ ਪਾਵਰ ਦੀ ਹੈ ਤੇ ਕਿੰਨੇ ਰੇਟ ਦੀ ਹੈ ਜਿਹੜੀ ਗਾ ਬਾਈ ਜੀ ਆ ਟੌਪ ਲੈਂਡ ਦੀ ਮੋਟਰ ਹੈਗੀ ਜੀ ਇਹ 15 ਦੀ ਹੈਗੀ ਇਹ ਰੰਗ ਦੇ ਹਿਸਾਬ ਨਾਲ ਹਾਲਤ ਦੇ ਹਿਸਾਬ ਨਾਲ ਇਹ ਮੋਟਰ 20,000 ਦੀ ਹੈ ਅੱਛਾ ਜੀ ਠੀਕ ਹੈ ਜੀ ਹੁਣ ਜੀ ਆ ਜੋ ਅੱਗੇ ਆ ਗਈ 12.5 ਦੀ ਮੋਟਰ ਆ ਗਈ ਸਾਡੇ ਕੋਲੇ ਜੀ ਠੀਕ ਹੈ ਨਾ ਜਿਹੜਾ ਇਹਦਾ ਰੇਟ ਹੈ ਇਹ 18,000 ਰੁਪਏ ਰੇਟ ਹੈ ਜੀ ਜੀ ਆ 7.5 ਦੀ CRI ਆ ਗਈ ਇਹਦਾ 9,000 ਰੁਪਏ ਰੇਟ ਹੈ ਜੀ ਆ 15 ਦੀ CRI ਆ ਗਈ ਸਾਡੇ ਕੋਲੇ ਆ ਆ 15 ਦੀ ਮੋਟਰ ਹੈ ਇਹ ਕਿੰਨੇ ਦੀ ਮਿਲੂਗੀ ਖਰੀਦਣ ਵਾਲੇ ਨੂੰ ਇਹ ਖਰੀਦਣ ਵਾਲੇ 20,000 ਦੀ ਪਊਗੀ ਜੀ ਮੋਟਰ ਆ 20,000 ਦੀ ਮਿਲੂਗੀ ਹਾਂ ਜੀ ਇਹਦਾ ਇਹਦਾ ਪੰਪ ਦਾ ਕੰਮ ਸਾਰਾ ਕੀਤਾ ਵਾ ਤੇ ਮੋਟਰ ਦਾ ਕੰਮ ਓਕੇ ਹੈਗਾ ਪਾਣੀ ਦੀ ਗਾਰੰਟੀ ਫੁੱਲ ਹੈ ਕੋਰ ਦੀ ਗਾਰੰਟੀ ਫੁੱਲ ਹੈ ਠੀਕ ਹੈ ਜੀ ਜੀ ਹੋਰ ਦੱਸੋ ਜੀ ਤੇ ਆਹਾ ਇਹ 12.5 ਦੀ ਮੋਟਰ ਹੈ ਜੀ ਇਹ ਸਟੀਲੀ ਪੰਪ ਨਾਲ ਹੈ ਲੂਬੀ ਦੀ ਮੋਟਰ ਹੈ ਜੀ ਇਹ ਸਟੀਲੀ ਪੰਪ ਦਾ ਤੇ ਲੋਹੇ ਦੇ ਪੰਪ ਦਾ ਕੀ ਫਰਕ ਆ ਬਾਈ ਬਾਜੀ ਕੰਪਨੀਆਂ ਦਾ ਅੱਡੋ ਟੀ ਹੁੰਦਾਗਾ ਜਿਵੇਂ ਹੁਣ ਇਹ ਜਿਹੜਾ ਉਹ ਰੇਤਾ ਰੂਤਾ ਵੱਧ ਜਾਗਦਾ ਉੱਥੇ ਸਟੀਲੀ ਪੰਪ ਬੜਾ ਕਾਮਯਾਬ ਹੋਇਆ ਸੀਗਾ ਜੀ ਉੱਥੇ ਰੇਤੇ ਰੂਤੇ ਨਾਲ ਜਿਹੜੇ ਬੋਸ ਆ ਗਏ ਉਹ ਬਹੁਤ ਹਾਰਡ ਹੁੰਦੇ ਆ ਵਧੀਆ ਹੁੰਦੇ ਆ ਇਹ ਤਾਂ ਕਰਕੇ ਸਟੀਲੀ ਪੰਪ ਵੱਡਿਆ ਨਹੀਂ ਜਾਂਦਾ ਇਹ ਇਹ ਸਾਰੀਆਂ ਹੈ ਤੁਹਾਡੇ ਕੋਲ 3 ਸਟੇਜ ਹਨਾ ਹਾਂਜੀ 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 ਹੁਣ 4 ਸਟੇਜ ਵੀ ਆਉਣ ਲੱਗ ਗਈਆਂ ਨਹੀਂ 4 ਸਟੇਜ ਹੀ ਹੁਣ ਆਪਣੇ ਜਿਹੜੀ ਉਹ 25 ਦੀ ਪੈਂਦੀ ਹੈ ਜੀ ਜੀ ਤੇ ਜਿਵੇਂ ਹੁਣ 15 ਆਊਗੀ 12.5 ਆਊਗੀ 10 ਹੋਊਗੀ 12.5 ਜਾਂ 20 ਹੋਊਗੀ ਉਹ ਤਿੰਨ ਚੱਲਦੀ ਹੈਗੀ ਤਿੰਨ ਸਟੇਜ ਹੁਣ ਤਿੰਨ ਪਹਿਲਾਂ 2 ਸਟੇਜ ਆਉਂਦੀਆਂ ਸੀ ਪਹਿਲਾਂ 2 ਆਉਂਦੀਆਂ ਸੀ ਪਹਿਲਾਂ 2 ਆਉਂਦੀਆਂ ਸੀ 2 ਬਾਈ ਜੀ ਇਹ ਉਦੋਂ ਆਉਂਦੀਆਂ ਸੀਗੀਆਂ ਜਦੋਂ ਆਪਣੇ ਪਾਣੀ ਇੱਥੇ 40 ਫੁੱਟ ਤੇ ਸੀਗਾ ਉਦੋਂ 10 ਦੀ ਮੋਟਰ ਅੱਜ ਦੀ ਮੋਟਰ ਦੇ 20 ਜਨਾ ਪਾਣੀ ਕੱਢਦੀ ਹੁੰਦੀ ਸੀਗੀ ਹੁਣ ਤਾਂ ਪਾਣੀ ਬਹੁਤ ਡੂੰਘਾ ਹੋ ਗਿਆ ਹੁਣ ਜਿਵੇਂ ਸੋਡੇ ਲੈਵਲ ਹੈ ਸਾਡੇ ਲੈਵਲ ਹੈ ਇਹ ਮੇਰਾ ਖਿਆਲ 115 ਫੁੱਟ ਦੇ ਲੈਵਲ ਹੋ ਗਿਆ 100 ਸਾਡੇ 140 ਫੁੱਟ ਤੇ ਮੋਟਰ ਪਾਈ ਵੀ ਆ 110-11 ਫੁੱਟ ਤੇ ਪਾਣੀ ਹੈ ਪਾਣੀ ਹੈ ਜੀ ਹਾਂ ਹਾਂ ਤੇ ਇਹ ਜਾਣੀਦਾ ਸਾਰੀਆਂ ਹੈਗੀਆਂ ਡੂੰਘੇ ਪਾਣੀ ਵਾਲੀਆਂ ਡੂੰਘੇ ਵਾਲੀਆਂ ਤੇ ਉਧਰ ਨੂੰ ਬਾਲਾ ਸੂਤ ਰਹੂਗਾ ਤੇਰਾ ਕੰਮ ਜੇ ਕੋਟਕਪੂਰੇ ਏਰਗੇ ਵੱਲ ਨੂੰ ਮੁਕਸਰ ਏਰਗੇ ਵੱਲ ਨੂੰ ਤੇਰੀਆਂ ਮੋਟਰਾਂ ਜ਼ਿਆਦਾ ਜਾਣਗੀਆਂ ਛੋਟੀਆਂ ਹਾਂ ਹਾਂਜੀ 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 ਮੈਂ ਕੋਟਕਪੂਰੇ ਮੁਕਸਰ ਵਾਲੇ ਪਾਸੇ ਵਾਲਿਆਂ ਨੂੰ ਦੱਸ ਦਿੰਨਾ ਕਿ ਜੇ ਭਾਈ 7.5 ਦੀ ਮੋਟਰ ਜਾਂ 10 ਦੀ ਮੋਟਰ ਆ ਜਿਹੜੀ ਉਧਰ ਨੂੰ ਡਿਮਾਂਡ ਬਾਈ ਬਾਲੀ ਆ ਹਾਂਜੀ ਕੋਟਕਪੂਰੇ ਤੋਂ ਜਦੋਂ ਤੁਸੀਂ ਨਾ ਸਮਾਲਸਰ ਤੋਂ ਐ ਨੂੰ ਲੰਘ ਜਾਂਦੇ ਕੋਟਕਪੂਰਾ ਮੁਕਸਰ ਨੂੰ ਉਧਰ ਨੂੰ ਡਿਮਾਂਡ 7.5 ਦੀ ਮੋਟਰ ਦੀ ਬਹੁਤ ਜ਼ਿਆਦਾ ਹਾਂਜੀ ਇਧਰ ਨੂੰ ਆਪਣੇ 7.5 ਦੀ ਡਿਮਾਂਡ ਘੱਟ ਆ ਇਧਰ ਨੂੰ 7.5 ਦੀਆਂ ਨਿਕਲ ਰਹੀਆਂ ਹਾਂਜੀ ਹੈਨਾ ਤੇ ਉਧਰ ਨੂੰ ਚਾਹੀਦੀਆਂ ਜੇ ਕੋਟਕਪੂਰੇ ਮੁਕਸਰ ਵਾਲੇ ਪਾਸੇ ਵਾਲੇ ਬੰਦੇ ਸੁਣਦੇ ਹੋਣ ਤਾਂ ਬੇਫਿਕਰ ਹੋ ਕੇ ਬਾਈ ਨੂੰ ਫੋਨ ਕਰ ਲਓ ਤੁਹਾਨੂੰ ਮਿਲ ਵੀ ਭਾਚ ਜਾਣਗੀਆਂ ਚੱਕਰ ਆ ਜਦੋਂ ਬਾਈ ਨਾ ਕੋਟਕਪੂਰੇ ਏਰਗੇ 'ਚ ਆਪਾਂ ਮੋਟਰ 7.5 ਦੀ ਪੁੱਛਾਂਗੇ ਤਾਂ ਇਦੋਂ ਤੁਹਾਡੇ ਨਾਲੋਂ ਜ਼ਿਆਦਾ ਰੇਟ 'ਚ ਮਿਲਦੀ ਹੈ ਹਾਂਜੀ 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 ਕਿਉਂਕਿ ਉੱਧਰ ਕੀ ਆ ਉੱਧਰ ਡਿਮਾਂਡ 'ਚ ਆ ਹਾਂਜੀ ਇੱਧਰ ਨਿਕਲ ਰਹੀਆਂ ਨੇ ਹੈਨਾ ਇਹ ਚੀਜ਼ ਦਾ ਫਰਕ ਪੈਂਦਾ ਵੀ ਮੇਰੇ ਹਿਸਾਬ ਨਾਲ ਜਿਹੜੀਆਂ ਤੁਹਾਡੀਆਂ 7.5 ਦੀਆਂ ਜਾਂ 10 ਦੀਆਂ ਮੋਟਰਾਂ ਹਾਂਜੀ ਇਹ ਉੱਧਰ ਨੂੰ ਜ਼ਿਆਦਾ ਜਾਣਗੀਆਂ ਹਾਂਜੀ 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 ਤੇ ਜਿਹੜੀਆਂ 15 ਤੋਂ 20 ਵਾਲੀਆਂ ਉਹ ਆਪਣੇ ਏਰਗੇ ਦੇ ਵਿੱਚ ਇਹ ਚੱਲੀ ਜਾਂਦੀਆਂ ਨੇ ਹਾਂ ਇਹ ਆਪਣੇ ਏਰਗੇ ਦੇ ਵਿੱਚ ਰਹਿੰਦੀਆਂ ਤੇ ਹੁਣ ਬਾਈ ਜਿਹੜੀ ਹੈਗੀ ਇਹ ਕਨੈਕਸ਼ਨ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 20 ਦਾ ਹੀ ਹੁੰਦਾ ਕਿਸੇ ਦਾ ਹਾਂਜੀ ਜਿਹੜਾ ਹੁਣ ਜਿਹੜੀ ਅੱਜ ਦੇ ਸਾਡੇ ਏਰੀਆ ਦੀ ਡਿਮਾਂਡ ਹੈਗੀ ਇੱਥੇ ਦੀ ਹੈਗੀ ਜੀ ਤੇ ਉਹ 15 ਤੇ 20 ਦੀ ਚੱਲਦੀ ਹੈ ਜੀ ਜਾਂ 7.5 ਜ਼ਿਆਦਾਤਰ 15 ਤੇ 20 ਚੱਲਦਾ ਜੀ ਉਹ ਜਿਹੜੀ ਹੁਣ ਡਿਮਾਂਡ ਆ ਹੁਣ ਗਾਹਕਾਂ ਦੇ ਫੋਨ ਆਉਂਦੇ ਹੈਗੇ ਉਹ ਕਹਿੰਦਾ 15 ਤੇ 20
15 ਤੇ 20 ਦੀ ਮੋਟਰ 800 ਪੂਰੀ ਨਹੀਂ ਹੋ ਰਹੀ ਜੀ। ਬਾਕੀ ਹੁਣ ਬਾਕੀ ਆ ਧੁੱਕੀ ਤੁਸੀਂ ਕੱਢ ਦੇਣੀ ਹੈ। ਬਿਲਕੁਲ ਤੁਸੀਂ ਮਾੜਾ ਜਿਹਾ ਐਂ ਵੀ ਦੱਸ ਦਿਓ ਵੀ ਜੇ ਕਿਸੇ ਨੇ ਅਲਟ ਸਲਟ ਕਰਨੀ ਆ, ਕੋਈ ਮੋਟਰ ਬਦਲਾ ਛਦਲੀ ਕਰਨੀ ਆ ਵੀ 7.5 ਦੀ ਦੇਣੀ ਹੈ, 10 ਦੀ ਲੈਣੀ, ਉਹ ਵੀ ਤੁਸੀਂ ਕਰ ਲਓ। ਹਾਂਜੀ ਹਾਂਜੀ, ਉਹ ਸਾਰੀਆਂ ਆਪਾਂ ਜਿਵੇਂ ਹੁਣ 7.5 ਦੀ ਮੋਟਰ ਹੈ, ਕੋਈ ਇਹ ਨਹੀਂ ਹੈਗਾ ਜੇ ਕਿਸੇ ਕੋਲੇ ਵੀਰ ਮੇਰੇ ਵੀਰ ਕੋਲੇ 7.5 ਦੀ ਮੋਟਰ ਸੀ ਯਾਰੀ ਪਈ ਹੈਗੀ ਜਮਾਂ ਨਵੀਂ ਵਰਗੀ ਮੋਟਰ ਪਈ ਆ, ਉਹਦੇ ਤੇ ਅਸੀਂ 12 ਤੋਂ ਲੈ ਕੇ 13,000 ਰੁਪਇਆ ਰੇਟ ਵੀ ਲਾ ਦਿੰਦੇ ਆ। ਕਿੰਨੇ ਵੀ ਰੱਖੂਗਾ ਅਸੀਂ ਅਗਲੇ ਤੋਂ ਉੱਥੋਂ ਜਿੱਥੋਂ ਵੀ ਅਗਲਾ ਮੋਟਰ ਕੱਢਦਾ ਹੈਗਾ ਅਸੀਂ ਉੱਥੇ ਅਗਲੇ ਨੂੰ ਇਹ ਕਹਿੰਦੇ ਹਾਂ ਵੀ ਤੂੰ ਸਾਡੇ ਕੋਲੇ ਮੋਟਰ ਨਾ ਚੱਕ ਕੇ ਲਿਆ, ਜਦੋਂ ਮੋਟਰ ਬੋਰ ਤੇ ਕੱਢ ਲਈ ਸਾਨੂੰ ਫੋਟੋ ਪਾ ਦੇ ਕਿਉਂ ਤੂੰ ਸਾਡੇ ਕੋਲੇ ਆ ਕੇ ਲੈ ਜੇ ਤੂੰ ਆ ਜੇ ਵੀ ਸਾਡਾ ਉਹ ਕੰਮ ਨਹੀਂ ਹੈਗਾ ਵੀ ਇੱਥੇ ਆ ਕੇ ਰੇਟ ਘਟਾਈਏ ਜਾਂ ਵਧਾਈਏ। ਮੇਰਾ ਕੰਮ ਇਹ ਹੁੰਦਾ ਗਾ ਵੀ ਜਦੋਂ ਤੂੰ ਮੋਟਰ ਦੀ ਫੋਟੋ ਪਾ ਦਿੱਤੀ ਤੇ ਨਾਲ ਦੀ ਨਾਲ ਮੈਂ ਤੈਨੂੰ ਰੇਟ ਤੈਅ ਕਰ ਦੂੰਗਾ ਵੀ ਵੀਰੇ ਮੈਂ ਇੰਨੇ ਦੀ ਰੱਖੂੰਗਾ, ਲਿਆਉਣੀਆਂ ਲੈ ਅਸੀਂ ਨਹੀਂ ਲਿਆਉਣੀਆਂ ਨਾ ਲਈ। ਹਾਂ ਵੀ ਜੇ ਸੜੀ ਹੋਈ ਤਾਂ ਮੈਂ ਇੰਨੇ ਦੀ ਰੱਖੂੰ, ਜੇ ਚਲਦੀ ਹੋਈ ਮੈਂ ਇੰਨੇ ਦੀ ਰੱਖੂੰ, ਜੇ ਅੰਦਰੋਂ ਹੁਣ ਕੋਈ ਬੁਸ਼ਾਂ ਦਾ ਕੰਮ ਆ ਕੋਈ ਹੋਰ ਆ ਉਹ ਜਿਹਾ ਹਿਸਾਬ ਨਾਲ ਵੱਧ ਘੱਟ ਹੋ ਜੂ। ਹਾਂਜੀ ਹਾਂਜੀ, ਤੇ ਉਹ ਨਾਲ ਦੀ ਨਾਲ ਉੱਥੇ ਕਹਿ ਦੇਈਦਾ, ਕਈ ਵੀਰ ਆਏ ਕਹਿੰਦੇ ਆ ਵੀ ਯਾਰ ਤੂੰ ਸਾਥੋਂ ਮੋਟਰ ਮੰਗਾ ਲਈ ਵੀ ਇੱਥੇ ਰੇਟ ਘੱਟਣਾ, ਅਗਲੇ ਨੂੰ ਪਹਿਲਾਂ ਫੋਨ ਤੇ ਦੱਸ ਦੇਈਦਾ ਵੀ ਵੀਰੇ ਤੂੰ ਫੋਟੋ ਪਾ ਦੀ ਮੈਂ ਤੇਰੀ ਮੋਟਰ ਇੰਨੀ ਦੀ ਰੱਖੂੰਗਾ, ਤੇ ਜੇ ਤੈਨੂੰ ਨਹੀਂ ਪੜਤਾ ਪੈਂਦਾ, ਪਹਿਲੀ ਗੱਲ ਤਾਂ ਅਸੀਂ ਕੋਈ ਕਸਰ ਛੱਡਦੇ ਨਹੀਂ ਰੇਟ ਵਾਲੀ ਵੀ ਲਾ ਦਿੰਦੇ ਹੈਗੇ, ਤੇ ਜੇ ਅਗਲੇ ਨੂੰ ਕੋਈ ਲੱਗੇ ਤਾਂ ਅਸੀਂ ਅਗਲੇ ਨੂੰ ਕਹਿ ਦੇਣਾ ਵੀਰੇ ਆਪਦੀ ਵੱਖਰੀ ਵੇਚ ਲਾ, ਸਾਨੂੰ ਪੜਤਾ ਨਹੀਂ ਪੈਂਦਾ। ਬਾਕੀ ਉੱਡ ਗਈ ਇੱਥੇ ਮੇਰੇ ਵੀਰ ਆਉਂਦੇ ਹੈਗੇ, ਉਹ ਗੱਲ ਕਰ ਲੈਂਦੇ ਸਾਡੇ ਕੋਲੇ ਆ ਕੇ, ਕਹਿੰਦੇ ਵੀਰੇ ਪਹਿਲਾਂ ਸਾਨੂੰ ਮੋਟਰ ਚੁਕਾ ਦੇ 15 ਦੀ ਵੀ ਜਦੋਂ ਅਸੀਂ ਕੱਢ ਲਈ ਤੇ ਨਾਲ ਦੀ ਨਾਲ ਤੈਨੂੰ ਉਹ ਕਰ ਦਿਆਂਗੇ। ਉਹ ਅਗਲੇ ਉਹ ਵੀਰੇ ਨਾਲ ਅਸੀਂ ਪਹਿਲਾਂ ਹੀ ਗੱਲ ਕਰ ਲੈਂਦੇ ਹਾਂ ਵੀਰੇ ਵੀ ਜੇ ਤੇਰੀ ਮੋਟਰ ਕੰਪਨੀ ਦੀ ਤਾਂ ਰੱਖਾਂਗੇ, ਜੇ ਦੇਸੀ ਹੋਈ ਤਾਂ ਉਹਦਾ ਉਹ ਜਿਹਾ ਰੇਟ ਲੱਗੂਗਾ ਵੀ ਕੱਲ ਨੂੰ ਕੋਈ ਆਪਣਾ ਦੇਣੀ ਹੋਈ ਦੇਈ ਨਹੀਂ, ਉਹ ਤੇਰੀ ਮਰਜ਼ੀ ਆ, ਸਾਨੂੰ ਕੋਈ ਉਹ ਨਹੀਂ ਹੈਗਾ। ਫਿਰ ਮੈਂ ਖੁਦ ਇਹ ਤਸੱਲੀ ਦਿੰਦਾ ਗਾ ਵੀ ਤੁਸੀਂ ਮੋਟਰ ਪਾਓ ਚਲਾਓ, ਕੋਈ ਕਮੀ ਪੇਸੀ ਆ ਲੋੜ ਦੀ ਆ ਤੇ ਜਾਂ ਪਾਣੀ ਦੀ ਆ ਮੇਰੇ ਨਾਲ ਕਦੋਂ ਵੀ ਗੱਲ ਕਰ ਸਕਦੇ ਹੋ। ਠੀਕ ਆ ਠੀਕ, ਮੈਨੂੰ ਬੜਾ ਵਧੀਆ ਲੱਗਦਾ ਜਦੋਂ ਕਿਸੇ ਦਾ ਫੋਨ ਆਉਂਦਾ ਗਾ, ਉਹ ਬਾਈ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਆ, ਕਹਿੰਦੇ ਵੀਰੇ ਵੀ ਅਸੀਂ ਉੱਥੋਂ ਮੋਟਰ ਲੈ ਕੇ ਗਏ ਸੀ ਵਧੀਆ ਚੱਲਦੇ ਆ। ਕੱਲ੍ਹ ਮੇਰਾ ਖਿਆਲ ਆ ਫਰੀਦਕੋਟ ਦੇ ਮੈਨੂੰ ਕੋਲੋਂ ਫੋਨ ਆਇਆ, ਸਰਪੰਚ ਸੀਗਾ ਉਹ ਤੇ ਉਹ ਮੈਨੂੰ ਕਹਿੰਦਾ ਵੀਰੇ ਵੀ ਅਸੀਂ 2 ਮੋਟਰ ਲੈ ਗਏ, ਦੋਨੇ ਵਧੀਆ ਚੱਲਦੀਆਂ ਨੇ, ਹੋਰ ਆ ਟੱਲੇਵਾਲ ਪਿੰਡ ਆ ਜਾਂ ਅਬੋਹਰ ਆ ਜਾਂ ਜਲੰਧਰ ਆ, ਬੜੇ ਵਧੀਆ ਵਧੀਆ ਮੈਨੂੰ ਵੀਰਾਂ ਦੇ ਫੋਨ ਆਉਂਦੇ ਹੈਗੇ। ਫਿਰ ਉਹ ਮਾਲਕ ਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਵੀ ਦਾਤਾ ਇਹ ਆਈ ਗੱਡੀ ਰੋੜੀ ਚੱਲ, ਤੇ ਵੀ ਬਾਕੀ ਮੈਨੂੰ ਇਹ ਹੁੰਦਾ ਗਾ ਵੀ ਜੇ ਕੋਈ ਵੀ ਮੇਰਾ ਵੀਰ ਮੇਰੇ ਤੋਂ 1 ਮੋਟਰ ਲੈ ਕੇ ਜਾਂਦਾ ਗਾ ਤਾਂ ਉਹ ਗਾਹਾਂ ਜਾ ਕੇ 10 ਪਕਾਵੇ। ਮੇਰੇ ਸਾਡੇ ਪਿੰਡ ਕਈ ਗਈਆਂ ਬਾਈ, ਮੈਂ ਕਹਿੰਦਾ ਤੇਰਾ ਤਾਂ ਪਿੰਡ ਮੇਰੀ 100 ਮੋਟਰ ਚੱਲ ਦੇਊ ਘੱਟੋ ਘੱਟ। ਹਾਂ ਸਾਡੇ ਪਿੰਡ ਜਿਵੇਂ ਹੁਣ ਅਮਰਜੀਤ ਸਰਪੰਚ ਹੋ ਗਿਆ, ਮੰਦਰ ਲੋਪੋ ਹੋ ਗਿਆ, ਸੋਨੀ ਪ੍ਰਧਾਨ ਹੋ ਗਿਆ, ਸੀਰਾ ਵੀਰਾ ਸਾਡਾ ਮੇਰਾ ਖਿਆਲ ਇੱਥੇ ਹੈਗਾ ਜੀ ਜੀ, ਤੇ ਓਏ ਆ ਜਾ ਭਰਾਵਾ, ਹਾਂ ਸੀਰਾ ਬਾਈ ਆਇਆ, ਤੇ ਇਹ ਬਹੁਤ ਮੋਟਰ ਲੈ ਕੇ ਗਿਆ ਗਾ। ਮੈਂ ਕਹਿੰਦਾ ਕੋਈ ਮੇਰਾ ਪੰਜਾਬ ਦਾ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੱਥੇ ਮੇਰੀ ਨਾ ਮੋਟਰ ਗਈ ਹੋਵੇ, ਜਿੱਥੇ ਹੁਣ ਹਜੇ ਖੁਸ਼ਕੀ ਸੀਗੀ ਉਹ ਹੁਣ ਪਹੁੰਚਦੀ ਕਰਦੀ, ਉਹ ਤੁਹਾਡੀ ਹੈਰਾਨ ਹੋ ਜਾਣੀ ਹੈ ਨਾ। ਤੇ ਬਾਕੀ ਮੇਰਾ ਮੇਨ ਸਵਾਲ ਇਹੀ ਹੁੰਦਾ ਗਾ ਆਹ ਮੇਰੇ ਜਿੰਨੇ ਵੀ ਮੇਰੇ ਵੀਰ ਬੈਠੇ ਹੈਗੇ, ਤੇ ਵੀ ਕੋਈ ਵੀ ਤੁਸੀਂ ਮੋਟਰ ਲੈ ਕੇ ਜਾਂਦੇ ਹੋ ਪਾਓ ਚਲਾਓ, ਮੇਰੇ ਕੰਮ 'ਚ ਕੋਈ ਕਮੀ ਨਹੀਂ ਆ, ਤੁਸੀਂ ਮੇਰੇ ਤੋਂ ਚੱਕੋ ਨਾ, ਠੀਕ ਹੈ ਨਾ, ਤੁਸੀਂ ਪੈਸੇ ਦੇ ਕੇ ਚੀਜ਼ ਲੈ ਕੇ ਗਏ ਹੋਗੇ ਤੇ ਤੁਸੀਂ ਚਲਾਓ ਪਾਓ ਤੇ ਮੈਨੂੰ ਮੋਟਰ ਚਲਾ ਕੇ ਮੈਨੂੰ ਦੱਸੋ ਕੋਈ ਕਮੀ ਪੇਸੀ ਆ, ਮੈਂ ਉਹ ਤੁਹਾਡੀ ਕੱਢ ਕੇ ਦਊਗਾ। ਵੀ ਬਾਈ ਜਿਵੇਂ ਹੁਣ ਕਈ ਵਾਰੀ ਪਤਾ ਚੱਕਰ ਕੀ, ਅਗਲਾ ਕਹਿੰਦਾ ਯਾਰ ਅਗਲਾ ਪੰਗਾ ਹੀ ਇੱਥੇ, ਅਗਲਾ ਕਹਿੰਦਾ ਯਾਰ ਨਵੇਂ ਵਰਗਾ ਸਵਾਦ ਆਵੇ, ਪੈਸੇ ਵੀ ਨਹੀਂ ਲਾਉਣਾ ਚਾਹੁੰਦਾ ਜ਼ਿਮੀਦਾਰਾ ਬੰਦਾ ਯਾਰ। ਹੁਣ ਬਾਈ ਜੇ ਹੁਣ ਨਵੀਂ ਮੋਟਰ ਪਾਉਂਦੇ ਆ ਨਾ, ਫਸਲ ਦਾ ਕਿੱਲਾ ਖਿੱਚ ਕੇ ਲੈ ਜਾਂਦੀ ਹੈ ਇੱਕ, ਹਾਂਜੀ ਹਾਂਜੀ, ਇੱਕ ਕਿੱਲੇ ਦੀ ਫਸਲ ਲੈ ਜਾਂਦੀ ਹੈ ਮੋਟਰ, ਕੋਈ ਸ਼ੱਕ ਨਹੀਂ ਜੀ। ਜੇ ਕਿੱਥੇ ਬੰਦਾ ਸੈਕਿੰਡ ਹੈਂਡ ਦੇ ਕੁਛ ਕੁ ਪੈਸੇ ਨਾਲ ਪੈਣਗੇ। ਨਹੀਂ ਜੀ, 2000 ਚੱਲਿਆ ਵਾ, 2004 ਤੋਂ ਚੱਲਿਆ ਵਾ ਬੰਦਾ ਹੈਗਾ, ਸਿਰਫ ਉਹ ਟਾਈਮਾਂ ਦੇ ਵਿੱਚ ਮੈਂ ਇੱਕ ਸਕੂਟਰ ਤੇ ਲਿਆ ਕੇ ਮੋਟਰਾਂ ਵੇਚਦਾ ਹੁੰਦਾ ਸੀ ਮੋਨੋ ਬਲਾਕ, ਤੇ ਉਦੋਂ ਬਾਅਦ ਦੇ ਵਿੱਚ ਜਾਣੀ ਦੀ ਥੋੜ੍ਹਾ ਥੋੜ੍ਹਾ ਕੰਮ ਦਿਨ ਪਰ ਰਾਤ ਵਾਹਿਗੁਰੂ ਨੇ ਰਹਿਮਤ ਕੀਤੀ ਤੇ ਤਾਂ ਕਰਕੇ ਥੋੜ੍ਹਾ ਥੋੜ੍ਹਾ ਅਸੀਂ ਵਧਾਇਆ ਕਰਕੇ। ਬਾਈ ਪਹਿਲਾਂ ਕੀ ਕਰਦੇ ਹੁੰਦੇ ਮੋਟਰ ਲਿਆ ਕੇ, ਸਕੂਟਰ ਤੋਂ ਪਹਿਲਾਂ ਵੀ ਕੀ ਕਰਦੇ ਹੁੰਦੇ ਸੀ, ਉਦੋਂ ਪਹਿਲਾਂ ਵੀ? ਉਦੋਂ ਪਹਿਲਾਂ ਜੀ ਮੇਰਾ ਅਸੀਂ 2 ਭਾਈ ਆ ਜੀ, ਇੱਕ ਸਾਡੀ ਭੈਣ ਹੈਗੀ, ਸਾਡਾ ਖੇਤੀਬਾੜੀ ਦਾ ਕੰਮ ਸੀਗਾ। ਮੈਂ 8ਵੀਂ 'ਚੋਂ ਹਟਿਆ, ਫੇਲ ਹੋ ਗਿਆ, ਫੇਲ ਹੋਣ ਦੇ ਨਾਲ ਨਾਲ ਇਹਨਾਂ ਨੇ ਮੇਰਾ ਡੈਡੀ ਮੈਨੂੰ ਕਹਿੰਦਾ ਵੀ ਖੇਤੀ ਕਰ ਲੱਗ ਜਾ, ਕਿਉਂ ਹੋਰ ਤਾਂ ਜੱਟਾਂ ਕੋਲੇ ਕੋਈ ਕੰਮ ਨਹੀਂ ਹੁੰਦਾ, ਤੇ ਮੈਂ ਖੇਤੀ ਕਰਨ ਲੱਗ ਗਿਆ। ਖੇਤੀ ਦੇ ਵਿੱਚ ਇਹਨਾਂ ਨੇ ਮੇਰੇ ਤੋਂ ਸਾਡੀ 25-25 ਕਿੱਲਿਆਂ ਦੀ 20-20 ਕਿੱਲਿਆਂ ਦੀ ਖੇਤੀ ਹੁੰਦੀ ਉਹ ਟਾਈਮਾਂ ਦੇ ਵਿੱਚ। ਇਹ ਹੈਗੀ ਆ ਮੇਰਾ ਖਿਆਲ ਆ ਜਿਹੜੀ ਗੱਲ ਹੈਗੀ, ਇਹ 97 ਦੀ ਗੱਲ ਆ, ਤੇ ਉਹ ਜਦੋਂ ਮੈਂ ਖੇਤੀ ਦੇ ਵਿੱਚ ਦੇਖਿਆ ਮੈਨੂੰ ਦਿਨ ਪਰ ਰਾਤ ਹੀ, ਉਹ ਉਦੋਂ ਇੰਜਣ ਚੱਲਦੇ ਹੁੰਦੇ 2 ਵੀਲੇ, ਤੇ 3 ਸਾਡੇ ਇੰਜਣ ਚੱਲਦੇ ਹੁੰਦੇ, ਕਿਤੇ 5 ਲੀਟਰ ਉਹਦੇ ਤੇਲ ਪਾਉਣ ਦਾ, ਕਿਤੇ ਉਹਦੇ 'ਚ ਪਾਉਣ ਦਾ, ਵੱਟਾ ਪੋਚਲਾ ਤੇ ਝੋਨਾ ਉਹ ਕਰਾ ਦੇ ਨਾਲ,
ਤੇ ਨਰਮਾਗੁੱਟ ਦੇ ਮੈਂ ਇਹ ਕੰਮ ਕਰਦਾ ਹੁੰਦਾ ਸੀਗਾ ਪਹਿਲਾਂ। ਫਿਰ ਉਦੋਂ ਬਾਅਦ ਦੇ ਵਿੱਚ ਮੈਂ ਸੋਚਿਆ, ਮੈਂ ਆਪਦੇ ਭਾਪੇ ਨੂੰ ਮੇਰੇ ਡੈਡੀ ਨੂੰ ਕਿਹਾ, ਮੈਂ ਮੇਰੀ ਤਾਂ ਸਾਰੀ ਉਮਰ ਹੀ ਖੇਤੀ 'ਚ ਲੰਘ ਗਈ ਵੀ ਮੈਂ ਤਾਂ ਕੋਈ ਆਪਦਾ ਕੰਮ ਕਰਨਾ। ਤੇ ਉਦੋਂ ਬਾਅਦ ਦੇ ਵਿੱਚ ਫਿਰ ਮੈਨੂੰ ਕਹਿੰਦੇ ਵੀ ਚੱਲ ਠੀਕ ਆ, ਹੁਣ ਤੂੰ ਝੋਨਾ ਲਵਾ ਤਾ। ਝੋਨਾ ਲਵਾ ਕੇ ਕਹਿੰਦਾ ਤੂੰ ਵੀ ਆਪਦਾ ਸਵੇਰੇ ਉੱਠ ਕੇ ਪੱਠੇ ਕੁਤਰ ਕੇ ਫਿਰ ਤੂੰ ਆਪਦਾ ਜਿੱਥੇ ਮਰਜ਼ੀ ਜਾ ਵੜਿਆ ਕਰ। ਫਿਰ ਇੱਥੇ ਸਾਡੇ ਬਾਈ ਦੀ ਦੁਕਾਨ ਸੀਗੀ ਰਣਜੀਤ ਦੀ, ਉਹਦੇ ਕੋਲ ਮੈਂ ਕੰਮ 'ਤੇ ਟਾਈਮ ਲਾਇਆ। ਵੀ ਜਦੋਂ ਮੈਂ 2003 ਦੇ ਵਿੱਚ ਉੱਥੋਂ ਆਇਆ ਗਿਆ, ਉੱਥੋਂ ਆ ਕੇ ਤਾਂ ਮੈਨੂੰ ਐਂ ਲੱਗਦਾ ਉੱਥੇ ਜਿਹੜੇ ਟੋਏ ਸੀਗੇ ਉਹ 75 ਤੋਂ ਲੈ ਕੇ 80 ਫੁੱਟ ਡੂੰਘੇ ਹੋ ਗਏ ਸੀ। ਬੱਲੇ 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 ਤੇ ਉਹ ਯਾਰ ਉਤਰਨਾ ਚੜ੍ਹਨਾ ਹੀ ਬਹੁਤ ਔਖਾ ਹੋ ਜਾਂਦਾ ਸੀ ਕਈ ਵਾਰੀ, ਹਨਾ ਤਿੰਨ ਵਾਰੀ ਚੜ੍ਹਨਾ ਪੈ ਜਾਣਾ ਪੱਟ ਫੁੱਲ ਜਾਂਦੇ ਸੀ। ਪੱਟ ਵੀ ਜੀ ਹੋਰ ਗੱਲ ਹੁੰਦਾ ਸੀ, ਬੜਾ ਡਰ ਲੱਗਦਾ ਹੁੰਦਾ ਸੀਗਾ, ਡਰ ਇੰਨਾ ਕੁ ਲੱਗਦਾ ਹੁੰਦਾ ਸੀਗਾ ਕਿਉਂ ਬਾਈ ਦੇ 5-6 ਮੁੰਡੇ ਰੱਖੇ ਹੁੰਦੇ ਸੀ ਡਿਗਰੀ ਵਾਲ ਤੋਂ, ਤੇ ਇਹ ਲੱਗਦਾ ਹੁੰਦਾ ਸੀਗਾ ਵੀ ਟੋਏ ਦੇ ਵਿੱਚ ਉਤਰ ਗਏ। ਸਵੇਰੇ ਜਦੋਂ ਸਾਈਕਲ ਇੱਥੋਂ ਚੱਕਦੇ ਹੁੰਦੇ ਸੀ ਐਂ ਲੱਗਦਾ ਹੁੰਦਾ ਵੀ ਕੋਈ ਸੱਪ ਹੀ ਨਾ ਲੜ ਜਾਵੇ ਟੋਏ 'ਚ ਉਤਰ ਲੱਗੇ ਤੇ, ਵੀ ਘਰ ਵਾਪਸ ਆਵਾਂਗੇ ਜਾਂ ਨਾ ਆਵਾਂਗੇ। ਯਾਰ ਉਹ ਟੋਇਆਂ ਦਾ ਪੰਗਾ ਪਤਾ ਕੀ ਸੀ ਬਾਈ ਧੀਰੇ? ਹਾਂਜੀ, ਪੁੱਤ ਦੇ ਨੇ ਉੱਤੋਂ ਕਿਸੇ ਨੇ ਚਾਬੀ ਵੀ ਸਿੱਟਤੀ ਤੇ ਥੱਲੇ ਫੈਰ ਵਾਂਗੂ ਵੱਜਦੀ ਸੀ। ਹਾਂਜੀ ਹਾਂਜੀ, ਉੱਤੇ ਉੱਤੇ ਵਾਲੇ ਨੂੰ ਬਿੰਦਕ ਵਿੱਚ ਉੱਕ ਹੀ ਜਾਣਾ, ਉਹ ਕੰਜਰ ਤੇ ਉਹ ਮਿੱਟੀ ਦਾ ਰੋੜਾ ਆਪਣਾ ਸਿੱਟ ਤੇ ਮਿੱਟੀ ਵੀ ਉੱਤੋਂ ਥੱਲੇ ਅੱਖਾਂ 'ਚ ਪੈਣੀ ਜਦੋਂ ਉਤਰੇ ਹੋਣਾ, ਹਨਾ। ਤੇ ਸੱਪ ਦਾ ਤਾਂ ਸੱਪ ਦਾ ਡਰ, ਇੱਕ ਉਹ 70 ਫੁੱਟ ਵਾਲੇ ਟੋਇਆਂ 'ਚ ਪੁੱਤ ਦੇ ਉਹ ਨਾ 10-10 ਫੁੱਟ ਦੀਆਂ ਚੜ੍ਹਾਈਆਂ ਹੁੰਦੀਆਂ ਇਹ ਬੱਚੀਆਂ। ਹਾਂਜੀ ਹਾਂਜੀ, ਉਹ 70 ਫੁੱਟ ਸਾਰਾ ਤਾਂ ਤਾਰਿਆ ਨਹੀਂ ਸੀ ਹੁੰਦਾ, 10-10 ਫੁੱਟ ਕਰਕੇ ਡੂੰਘਾ ਕੀਤਾ ਹੁੰਦਾ ਸੀ। ਹਾਂਜੀ, ਉਹ ਘੱਟੋ ਘੱਟ 6-6, 7-7 ਟੋਟੇ ਹੁੰਦੇ ਸੀ ਉਹਦੇ ਵਿੱਚ ਜੁੜੇ ਹੋਏ। ਹਾਂਜੀ, ਕਈ ਵਾਰੀ ਵਿੱਚੋਂ ਸਰਗੇ ਹਿਲਦੇ ਹੋਣੇ। ਹਾਂਜੀ ਹਾਂਜੀ ਹਾਂਜੀ, ਉਹ ਬਹੁਤ ਪੰਗੇ ਸੀ ਉਹ ਵੀਰੇ। ਕਹਿੰਦਾ ਉਹ ਪਤਾ ਕੀ ਗੱਲ ਹੁੰਦੀ ਸੀ, ਜਿਵੇਂ ਹੁਣ ਪਾਣੀ 10 ਫੁੱਟ ਥੱਲੇ ਚੱਲਿਆ ਗਿਆ, ਉਹ ਫਿਰ ਅਗਲੇ ਨੇ ਹੋਰ ਥੱਲੇ ਰਾਦੇ ਲਵਾ ਦੇਣੇ, 25 ਲਵਾ ਦੇਣੀ, 25 ਚਾੜਦੇ ਉਹ ਟੋਆ। ਜਾਣੀ ਦੀ ਜਣਦੀ ਤੁਸੀਂ ਗੱਲ ਮਗਾਓ, 75-80 ਫੁੱਟ ਤੱਕ ਜਿਹੜਾ ਟੋਆ ਸੀਗਾ ਉਹ ਇੰਨਾ ਚਿਬ ਖਿੜਬਾ ਜਿਹਾ ਹੋ ਜਾਂਦਾ ਸੀ, ਤੇ ਕਈ ਵਾਰੀ ਵੀ ਐਂ ਲੱਗਣਾ ਵੀ ਯਾਰ ਗਏ। ਇਹ ਬਹੁਤ ਜਾਣੀ ਦੀ ਉਹ ਦਿਨਾਂ ਦੇ ਜਿਹੜੇ ਸੰਘਰਸ਼ ਸੀਗੇ ਉਹ ਬੜੇ ਔਖੇ ਲੱਗਦੇ ਸੀਗੇ। ਜਿਵੇਂ ਹੁਣ ਤੁਸੀਂ ਪਹਿਲਾਂ ਸਵਾਲ ਕੀਤਾ ਜੀ ਛੋਟਾ ਜਿਹਾ ਵੀ ਅੱਜ ਜ਼ਿਮੀਦਾਰ ਮੋਟਰ ਪਾਉਂਦਾ ਗਿਆ 25 ਦੀ, ਮੈਂ ਕਈ ਵਾਰੀ ਨਵੀਂ ਮੋਟਰ ਪਾਉਣਾ ਉਹ 64,000 ਦੀ ਪੈਂਦੀ ਹੈਗੀ, ਠੀਕ ਹੈ ਨਾ। ਜੇ ਹੁਣ ਅਸੀਂ ਅੱਜ 25 ਦੀ ਮੋਟਰ ਦਿੰਦੇ ਹੈਗੇ ਤਾਂ ਪੂਰੀ ਟੋਪ ਦੀ ਮੋਟਰ ਅਸੀਂ ਅਗਲੇ ਨੂੰ 30,000 ਦੀ ਦਿੰਦੇ ਹੈਗੇ। 30,000 ਰੁਪਇਆ ਜੱਟ ਦੀ ਜੇਬ 'ਚ ਪਿਆ, 34 ਪੈ ਗਿਆ ਜੀ। ਫਿਰ ਇੱਕ ਮਿੰਟ ਨਾਲ ਸਾਡਾ ਪਾਈਪਾਂ ਦਾ ਕੰਮ ਹੈਗਾ ਜੀ, ਜੇ ਹੁਣ ਤੁਸੀਂ ਅੱਜ ਜਿੰਦਲ ਦਾ 4 ਦਾ ਪਾਈਪ ਲੈਣਾ ਹੈਗਾ ਉਹ 2,950 ਦਾ ਹੋ ਗਿਆ, ਅਸੀਂ ਪੁਰਾਣਾ ਪਾਈਪ 1,600 ਦਾ ਦਿੰਦੇ ਹਾਂ। 1,400-1,300 ਰੁਪਇਆ ਤਾਂ ਜੱਟ ਦੀ ਜੇਬ 'ਚ ਪਿਆ ਨਾ। ਜਿਹੜਾ ਹੋਣ ਵਾਲਾ ਜਿੰਦਲ ਦਾ ਪਾਈਪ ਹੈਗਾ ਉਹ ਹੈਗਾ ਗਾ ਹਾਲਾਂਕਿ 28 ਕਿਲੋ ਦਾ, ਤੇ ਜਿਹੜਾ ਪਹਿਲਾਂ ਵਾਲਾ ਪਾਈਪ ਉਹ 31 ਕਿਲੋ ਦਾ। ਤੁਸੀਂ ਸੈਕਿੰਡ ਹੈਂਡ ਡਿਲੀਵਰੀਆਂ ਦੇ ਦਿੰਦੇ ਆ? ਹਾਂਜੀ ਹਾਂਜੀ, ਜਿੰਨੀਆਂ ਮਰਜ਼ੀ ਪੁਰਾਣੀ ਕੇਬਲ ਪੁਰਾਣੇ ਪਾਈਪ। ਉਹ ਇਹ ਵੀ ਮੈਂ ਥੋੜ੍ਹਾ ਜਿਹਾ ਉਦੋਂ ਕੀਤਾ ਸੀਗਾ ਕੰਮ ਜਦੋਂ ਪਿੱਛੇ ਜੇ ਵਾਲਾ ਰੇਟ ਵੱਧ ਗਿਆ ਸੀ, ਠੀਕ ਹੈ ਨਾ। ਹੁਣ 3 ਦਾ ਪਾਈਪ ਹੈਗਾ ਜਿਹੜਾ ਅੱਜ JP ਦਾ ਹੈਗਾ ਨਵਾਂ, ਉਹਦਾ ਰੇਟ ਅੱਜ 1,500 ਹੋ ਗਿਆ, ਠੀਕ ਹੈ ਨਾ। ਉਹ ਅਸੀਂ ਅਗਲੇ ਨੂੰ ਉੱਥੋਂ 1,000 ਦਾ ਸਿਖਾਉਂਦੇ ਹਾਂ, ਪੂਰਾ ਵਧੀਆ ਪਾਈਪ, ਠੀਕ ਹੈ ਨਾ। ਕੋਈ ਵੀ ਜਿਹੜੀਆਂ ਪਲੇਟਾਂ ਪਲੂਟਾਂ ਨੂੰ ਕੋਈ ਕਮੀ ਨਹੀਂ ਹੈਗੀ। ਵੀ ਇਹਦੇ 'ਚ ਮੇਰਾ ਕੋਈ ਉਹ ਇਹ ਹੁੰਦਾ ਹੈਗਾ ਵੀ ਵੱਧ ਤੋਂ ਵੱਧ ਜੱਟ ਦਾ ਮੇਰੇ ਕਿਸਾਨ ਭਰਾਵਾਂ ਦਾ ਫਾਇਦਾ ਕਰਾਂ। ਵੀ ਚਲੋ ਜੇ ਉਹ ਅਗਲੇ ਦਾ ਫਾਇਦਾ ਕਰਦੇ ਨਾਲ ਆਪਣਾ ਵੀ ਫਾਇਦਾ। ਹੁਣ ਕਈ ਵਾਰੀ ਦੇਖਿਆ ਜੀ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਆ ਮੇਰੇ ਵੀਰ ਆ ਕੇ ਇੱਥੇ, ਕਹਿੰਦੇ ਬਾਈ ਅਸੀਂ 10 ਮੋਟਰਾਂ ਨਵੀਆਂ ਪਾਉਣੀਆਂ ਸੀ, ਵੀ 10 ਮੋਟਰਾਂ ਘੱਟੋ ਘੱਟ 5-6 ਲੱਖ ਦੀਆਂ ਪੈ ਜਾਣੀਆਂ ਸੀ, ਤੇ ਵੀ ਅਸੀਂ ਤਾਂ ਇੱਥੋਂ 10 ਦੀ 10 ਪੁਰਾਣੀਆਂ ਲੈ ਕੇ ਆਏ ਹਾਂ। ਮੈਂ ਜਦੋਂ ਉਹ ਮੈਨੂੰ ਵੀਰ ਆ ਕੇ ਕਹਿੰਦੇ ਵੀ 10 ਮੋਟਰਾਂ ਲਈਆਂ ਸੀਗੀਆਂ ਉੱਥੋਂ 10 ਦੀ 10 ਵਧੀਆ ਚੱਲਦੀਆਂ ਨੇ, ਮੈਂ ਕਿਹਾ ਭਰਾਵਾ ਲਾਂਭਾ ਤਾਂ ਨਹੀਂ ਕੋਈ, ਤੇ ਉਹ ਤਾਂ ਕਰਕੇ ਵੀ ਐਂ ਲੱਗਦਾ ਹੁੰਦਾ ਵੀ ਚੱਲ ਮੇਰੇ ਭਰਾ ਦਾ ਕਿਸੇ ਦਾ ਕੋਈ ਫਾਇਦਾ ਹੋਇਆ। ਹੁਣ ਵੀ ਅਸੀਂ ਇਹੀ ਸੋਚ ਮੰਨ ਕੇ ਚੱਲਦੇ ਹਾਂ ਜੀ, ਕੋਈ ਵੀ ਬੰਦਾ ਮੋਟਰ ਲੈ ਕੇ ਜਾਂਦਾ ਪਾਓ ਚਲਾਓ, ਕਹਿੰਦੀ ਵੀ ਅਸੀਂ ਤੁਸੀਂ ਸਾਨੂੰ ਦੱਸੋ ਕਿਉਂ ਅਸੀਂ ਕੋਈ ਆਪਦਾ ਸੁਧਾਰ ਕਰ ਲਈਏ। ਵੀ ਜੇ ਹੁਣ ਮੰਨ ਲਓ ਸਾਥੋਂ ਕੋਈ ਕਮੀ ਰਹਿ ਗਈ ਅਗਲੇ ਨੇ ਐਡ ਨਾਲ ਗੱਲ ਨਾ ਕੀਤੀ, ਫਿਰ ਅਸੀਂ ਅੱਗੇ ਕਿਵੇਂ ਵਧਾਂਗੇ? ਬਾਈ ਮੈਨੂੰ ਇੱਕ ਗੱਲ ਹੋਰ ਦੱਸੋ, ਤਾਰ ਹੋ ਗਈ, ਡਿਲੀਵਰੀ ਹੋ ਗਈ, ਸਾਰਾ ਸੈਕਿੰਡ ਹੈਂਡ ਸਾਰਾ ਕੁਝ, ਤਾਰਾਂ ਵੀ ਮਿਲ ਜਾਂਦੀਆਂ? ਹਾਂਜੀ, ਉਹ ਕੇਬਲ ਪਈ ਹੈਗੀ, ਜੇ ਕਿਸੇ ਨੂੰ 400-500 ਫੁੱਟ ਤਾਰ ਚਾਹੀਦੀ ਆ, 1,000 ਫੁੱਟ ਤੱਕ ਵੀ ਸਾਡੇ ਕੋਲੇ ਪੁਰਾਣੀ ਤਾਰ ਪਈ ਹੈਗੀ, ਪੁਰਾਣੇ ਪਾਈਪ ਪਏ ਹੈਗੇ। ਤੇ ਬੱਚਿਆਂ ਦਾ ਸੈਕਿੰਡ ਹੈਂਡ ਕੱਲੀ ਮੋਟਰ ਹੀ ਨਹੀਂ, ਡਿਲੀਵਰੀ ਸਾਰਾ ਕੁਝ ਸੈਕਿੰਡ ਹੈਂਡ ਮਿਲ ਜਾਂਦਾ? ਹਾਂਜੀ 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 ਹਾਂ। ਹਾਂ ਵੀ ਜਿਹੜੀ ਚੀਜ਼ ਤੋਂ ਅਗਲੇ ਨੂੰ ਸੈਕਿੰਡ ਹੈਂਡ ਨਵੇਂ ਤੇ ਪੈਸੇ ਲਾਉਣ ਨੂੰ ਕਿਹੜੀ ਜੀ ਨਹੀਂ ਕਰਦਾ ਹੁੰਦਾ? ਜੇ ਹੁਣ ਅੱਜ ਦਾ ਜਿਹੜਾ ਹਿਸਾਬ ਹੈਗਾ, ਜੇ ਹੁਣ ਅਗਲੇ ਨੇ 15 ਦੀ ਮੋਟਰ ਪਾਉਣੀ ਹੈਗੀ, ਉਹਦਾ 1,00,000 ਬਿੱਲ ਬਣ ਜਾਂਦਾ ਸਾਰਾ ਕੁਝ, ਜਾਣੀ ਦੀ ਨਵੀਂ ਤਾਰ ਤੂਰ ਲਾ ਕੇ ਤੇ ਵਿੱਚੇ ਮੋਟਰ ਲਾ ਕੇ ਪਾਈਪ ਲਾ ਕੇ ਅਸੀਂ ਘੱਟੋ ਘੱਟ ਉਹੀ 60,000 ਚੀ ਚਾਰ ਦਿੰਦੇ ਹਾਂ। ਅਸੀਂ ਇੱਕ ਇਹਦੇ 'ਚ ਹੋਰ ਵੀ ਮੇਰੇ ਭਰਾਵਾਂ ਦਾ ਫਾਇਦਾ ਹੁੰਦਾ ਗਾ ਜੀ, ਜੇ ਮੰਨ ਲਓ ਤੁਸੀਂ ਅੱਜ ਨਵੀਂ ਮੋਟਰ ਤੁਸੀਂ ਪਾਉਂਦੇ ਹੋਗੇ, ਤੁਸੀਂ 20 ਦੀ ਮੋਟਰ ਨਵੀਂ ਲੈ ਕੇ ਪਾਤੀ ਅੱਜ, ਉਹ ਪਈ ਆ ਕਿ ਤੁਹਾਨੂੰ ਘੱਟੋ ਘੱਟ 60,000 ਦੀ ਮੋਟਰ ਪਈ ਆ, ਠੀਕ ਹੈ ਨਾ। ਜਦੋਂ 20 ਦੀ ਮੋਟਰ ਤੁਸੀਂ ਨਵੀਂ ਲੈ ਕੇ ਪਾਤੀ, ਉਹ 2 ਸਾਲਾਂ ਬਾਅਦ ਵਿਕਣੀ ਕਿੰਨੇ ਦੀ ਹੈ?
ਉਹ ਵਿਕੂਗੀ ਵੱਧ ਤੋਂ ਵੱਧ ਨਾ ਵਾਲਾ 25,000 ਦੀ ਠੀਕ ਹੈ ਨਾ ਘਾਟਾ ਕਿੰਨਾ ਪਿਆ ਗਿਆ 35,000 ਠੀਕ ਹੈ ਜੀ ਜੇ ਹੁਣ ਮੰਨ ਲਓ ਸਾਥੋਂ ਪੁਰਾਣੀ ਮੋਟਰ ਅਗਲਾ ਲੈ ਕੇ ਜਾਂਦਾ ਹੈਗਾ 20 ਦੀ ਮੋਟਰ ਅਗਲੇ ਨੇ ਪੁਰਾਣੀ ਮੋਟਰ ਪਾ ਲਈ ਅਸੀਂ ਉਹਨੂੰ 27,000 ਜਾਂ 28,000 ਤੱਕ 20 ਦੀ ਮੋਟਰ ਪੂਰੀ ਗਰੰਟੀ ਵਾਲੀ ਦੇ ਦਿੰਦੇ ਹਾਂ ਉਹ ਕਿੰਨਾ ਘਾਟਾ ਪਾਊਗੀ 4-5 ਸਾਲ ਚਲਾ ਕੇ ਉਹ ਘਾਟਾ ਪਾਊਗੀ 3 ਜਾਂ 4,000 ਠੀਕ ਹੈ ਨਾ 30,000 ਤਾਂ ਅਗਲੇ ਦਾ ਬਚਾ ਹੀ ਆ ਨਾਲੇ ਅਗਲੇ ਨੇ ਕੋਈ ਵੀ ਅਸੀਂ ਮੋਟਰ ਬੰਨ ਦੇਵਾਂਗੇ ਅਸੀਂ KI ਦੀ ਤਾਰ ਪਾਉਣੇ ਆ ਮੋਟਰ ਦੇ ਵਿੱਚ ਅੱਛਾ ਇਹਦਾ ਕੀ ਫਰਕ ਹੁੰਦਾ KI ਦੀ ਤਾਰ ਦਾ KI ਦੀ ਤਾਰ ਆਈ ਹੈ ਕੰਪਨੀ ਦੀ ਤਾਰ ਹੈਗੀ ਠੀਕ ਹੈ ਜੀ ਇਹ ਜਦੋਂ ਮੋਟਰ ਦੇ ਵਿੱਚ ਪਾ ਦਿੰਦੇ ਆ ਬੰਨ ਦੇਵਾਂਗੇ ਇਹ ਮੋਟਰ ਤਾਰ ਕਦੇ ਵੀ ਪਟਾਕਾ ਨਹੀਂ ਮਾਰਦੀ ਇਹ ਅੰਪਾਇਰ ਵੀ ਵੱਧ ਸਕਦੀ ਆ ਜੇ ਹੁਣ 20 ਦੀ ਮੋਟਰ ਆਈ ਘੱਟੋ ਘੱਟ 40 ਅੰਪਾਇਰ ਤੇ ਚੱਲਦੀ ਹੈਗੀ ਇਹ ਪਟਾਕਾ ਨਹੀਂ ਮਾਰਦੀ ਇਹ ਤਾਰ ਹੈਗੀ ਇਹ ਕੰਪਨੀ ਤਾਰ ਆ ਸਭ ਤੋਂ ਮਹਿੰਗੀ ਤਾਰ ਹੈ ਇਹ ਪਾ ਕੇ ਅਗਲੇ ਨੂੰ ਉਹ ਕਰ ਦੇਵਾਂਗੇ ਠੀਕ ਹੈ ਨਾ ਵੀ ਜੇ ਬੰਨਣੀ ਹੈ ਜਿਹੜੀਆਂ ਤੁਸੀਂ ਸੈਕੰਡ ਹੈਂਡ ਮੋਟਰਾਂ ਵੀ ਦਿੰਨੇ ਆ ਜਿਹੜੀਆਂ ਬੰਨ ਕੇ ਦਿੰਨੇ ਆ ਉਹ ਇਹਦੇ ਚ ਇਹੀ ਤਾਰ ਪੈਂਦੀ ਆ ਜੀ ਅਸੀਂ ਮਾੜੀ ਤਾਰ ਹੀ ਨਹੀਂ ਜੀ ਪਾਉਂਦੇ ਠੀਕ 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 ਤਾਂ ਹੀ ਤਾਂ ਥੱਲੀ ਦੇ ਦਿੰਨੇ ਆ ਤੁਸੀਂ ਬਾਕੀ ਹੁਣ ਆ ਸਲੀਬਾਂ ਨੇ ਗੀਆਂ ਮੋਟਰ ਦੀਆਂ ਹਾਂਜੀ ਇਹ ਵੀ ਕੰਪਨੀ ਦੀ ਐਨ ਪਾ ਪੂ ਕੇ ਸਾਰਾ ਨਵਾਂ ਸਮਾਨ ਪਾ ਕੇ ਉਹ ਮੋਟਰ ਉਹ ਕਰਦੇ ਆ ਜੀ ਹੁਣ ਆ ਕੰਪਨੀ ਦੀ ਸਲੀਬ ਆਈ ਇਹ ਕੰਪਨੀ ਦੇ ਬੋਸ ਨੇ ਗੇ ਜਿਵੇਂ ਹੁਣ ਆਹ ਬੋਸ ਲਾ ਕੇ ਪੱਖੇ ਦਾ ਕੰਮ ਕੁੰਮ ਕਰਕੇ ਸਾਰਾ ਚੁਕਾਉਣੇ ਆ ਗਿਆ ਫਿਰ ਅਗਲੇ ਨੂੰ ਉਹ ਕਰਦੇ ਆ ਜੀ ਇਹ ਇਹ ਬਾਈ ਜਿਹੜਾ ਬੋਸ਼ ਆ ਇਹ ਪਲਾਸਟਿਕ ਦਾ ਹੁੰਦਾ ਕਾ ਇਹ ਪਲਾਸਟਿਕ ਦਾ ਜੀ ਉੱਪਰ ਇਹਦੇ ਲੋਹਾ ਹੁੰਦਾਗਾ ਇਹ ਫਿਰ ਪੱਖੇ ਦੇ ਵਿੱਚ ਫਿੱਟ ਹੋ ਜਾਂਦਾ ਜਿਹੜੀ ਆ ਇਹਦੇ ਸਲੀਬ ਹੈ ਇਹ ਇਹਦੇ ਵਿੱਚ ਐ ਚੱਲਣੀ ਆ ਠੀਕ ਹੈ ਜੀ ਬਾਕੀ ਹੋਰ ਆ ਜੀ ਆ ਜਿਹੜਾ ਆ ਅੰਬੈਲਰ ਪਿਆ ਗਏ ਨਵੇਂ ਕੋਈ ਵੀ ਸਾਨੂੰ ਐ ਦਾਗੀ ਨਹੀਂ ਦਾਗਾ ਉਹ ਕੱਢ ਕੇ ਪਰਾਂ ਰੱਖ ਦਈਦੇ ਆ ਆ ਸਾਰੇ ਅੰਬੈਲਰ ਆ ਗਏ ਇਹ ਨਵੇਂ ਪਾ ਕੇ ਫਿਰ ਅਗਲੇ ਨੂੰ ਮੋਟਰ ਚੁਕਾਉਂਦੇ ਆ ਸਾਰੀ ਤਿਆਰ ਕਰਕੇ ਜ਼ਿੰਮੇਵਾਰੀ ਦੇ ਨਾਲ ਬਾਈ ਜਿਹੜਾ ਆ ਆ ਆ ਬੋਸ਼ਾ ਇਹਨਾਂ ਦੇ ਵਿੱਚ ਪਾਣੀ ਚੱਲਦਾ ਹੁੰਦਾ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਪਾਣੀ ਚੱਲਦਾ ਹਨ ਇਹਨਾਂ ਦੇ ਪਾਣੀ ਹਾਂਜੀ ਹਾਂਜੀ ਹਾਂ ਅਸੀਂ ਤਾਂ ਹੀ ਚੂੜੀ ਦਾ ਮਾਏ ਹਨ ਹਾਂਜੀ ਫਿਰ ਇਹ ਵਿੱਚ ਨਹੀਂ ਲੰਘਦਾ ਪਾਣੀ ਹਾਂਜੀ ਹਾਂਜੀ ਫਿਰ ਇਹਦੇ ਨਾਲ ਠੰਡੇ ਰਹਿੰਦੇ ਆ ਪਾਣੀ ਨਾਲ ਠੰਡੇ ਰਹਿੰਦੇ ਆ ਹਾਲਾਂਕਿ ਆ ਜਿਹੜੀਆਂ ਮੋਟਰ ਮੇਰਾ ਵੀਰਾ ਬੈਂਡ ਕਰੀ ਜਾਂਦਾ ਹੈਗਾ ਇਹਦੇ ਵਿੱਚ ਵੀ ਪਾਣੀ ਚੱਲਦਾ ਹਾਂ ਵੀ ਇਹਦੇ ਅੰਦਰ ਵੀ ਮੱਛੀ ਮੋਟਰ ਦੇ ਵਿੱਚ ਜਦੋਂ ਆਪਾਂ 4-5 ਗਲਾਸ ਪਾਣੀ ਦੇ ਪਾਉਂਦੇ ਹੁੰਦੇ ਨਟ ਜਾ ਖੋਲ ਕੇ 20 ਦੀ ਚ 5 ਲੀਟਰ ਪਾਣੀ ਪੈ ਜਾਂਦਾ ਜੀ ਤੇ 15 ਦੀ ਚ 4 ਲੀਟਰ ਪਾਣੀ ਪੈਂਦਾ ਫਿਰ ਉਹ ਠੰਡੀ ਰਹਿੰਦੀ ਆ ਤਾਰ ਜੀ ਬਈ ਮੱਛੀ ਮੋਟਰ ਐਵੇਂ ਨਹੀਂ ਕਹਿੰਦੇ ਉਹ ਪਾਣੀ ਦੇ ਵਿੱਚ ਕੱਲੀ ਉਹੀ ਨਹੀਂ ਚੱਲਦੀ ਪਾਣੀ ਨਹੀਂ ਚੱਲਦੀ ਜੱਟ ਇਹਨਾਂ ਨੇ ਬਚਾਤਾ ਜੀ ਜਿਵੇਂ ਉਹਨੂੰ ਮੈਂ ਪਹਿਲਾਂ ਉਹਨੂੰ ਦੱਸ ਕੇ ਆਇਆਗਾ ਵੀ ਅਸੀਂ ਫੋਟੋ ਟੋਏ ਡੂੰਗੇ ਸੀ ਅਸੀਂ ਫੋਟੋ ਟੋਏ ਡੂੰਗੇ ਸੀ ਪੱਟ ਬਣ ਜਾਂਦੇ ਸੀਗੇ ਪੱਟਾਂ ਦੇ ਪਿੰਨੀਆਂ ਭਲਵਾਨਾਂ ਬਣ ਜਾਂਦੀਆਂ ਸੀ ਜਿਹੜੇ ਇੱਕ ਵਾਰ ਵੀਰੇ ਇੱਕ ਨਾ ਉਹ ਤਾਂ ਤੋਂ ਇੱਟਾਂ ਡਿੱਗ ਪਈਆਂ ਮੇਰੇ ਆ ਸੱਟਾਂ ਵੀ ਲੱਗੀਆਂ ਸੀ ਤੇ ਫਿਰ ਮੈਂ ਕਿਹਾ ਵੀ ਆਪਾਂ ਆਪਦਾ ਸਿਰ ਬਚਾ ਲਾ ਫਿਰ ਮੈਂ ਆਪਦੇ ਸਿਰ ਤੇ ਹੱਥ ਰੱਖੇ ਤੋਂ ਇੱਟਾਂ ਮੇਰੇ ਮੋਢਿਆਂ ਮਾਢਿਆਂ ਤੇ ਵੱਜੀਆਂ ਸੀ ਬਹੁਤ ਔਖਾ ਸੰਘਰਸ਼ ਸੀ ਆਈ ਜ਼ਿੰਦਗੀ ਦਾ ਉਹਦਾ ਪਿੰਡ ਕਿਹੜਾ ਉਹਦਾ ਪਿੰਡ ਹੈਗਾ ਜੀ ਵੀਲਾ ਨਾ ਅਮਨਾ ਅਮਨਾ ਅਮਨੇ ਅਮਨੇ ਦੇ ਯਾਰ ਮਿੱਤਰ ਦੇਖ ਲਓ ਬਈ ਸਕਰੀਨ ਤੇ ਫਿਰਦਾ ਅਮਨਾ ਹਾਂਜੀ ਆਹ ਬੰਦਾ ਜੀ ਬਲਦੀਪ ਇਹਦਾ ਪਿੰਡ ਬਾਈ ਦਾ ਇਹ ਮੇਰੇ ਪਿੰਡ ਦਾ ਹੀ ਹੈ ਇਹ ਦੋਨੇ ਮੇਰੇ ਪਿੰਡ ਦੇ ਆਹ ਨੌਜਵਾਨ ਇਹ ਮੇਰਾ ਬੇਟਾ ਜੀ ਇਹ ਮੈਨੂੰ ਕੋਡੀ ਕੁੱਡੀ ਖੇਡਦਾ ਲੱਗਦਾ ਮਸਲ ਮੁਸਲ ਚੰਗੇ ਬਣੇ ਮਸਲ ਤਾਂ ਜੀ ਮੋਟਰਾਂ ਬਣਾ ਦਿੰਦੀਆਂ ਨੇ ਚੱਕ ਚੱਕ ਲਾ ਦਿੰਦੇ ਆ ਲੋਡ ਤੇ ਕਿਉਂ ਫਿਰ ਹੁਣ ਸਕੂਲ ਥੋੜੇ ਜਿਹੇ ਬੰਦ ਪਏ ਹੈਗੇ ਤਾਂ ਕਰਕੇ ਥੋੜਾ ਇਹਨੂੰ ਇੱਧਰ ਲਾਇਆ ਵਾ ਪ੍ਰੀਤ ਦੇਖੋ ਇਹਦੇ ਕਲਰ ਕੂਲਰ ਪੂਰੇ ਬਣੇ ਹੋਏ ਆ ਹਨਾ ਹਾਂ ਇਹ ਜਿਮ ਲਾਉਣ ਵਾਲਾ ਬੰਦਾ ਯਾਰ ਹੈ ਨਹੀਂ ਜੀ ਤੁਸੀਂ ਇਹਨੂੰ ਭੇਜ ਦੇ ਤੇ ਵੀ ਬਣਾ ਦਾਂਗੇ ਪ੍ਰੀਤ ਤੇ ਵੀ ਬਣਾ ਦਾਂਗੇ ਠੀਕ ਆ ਬਾਈ ਤੇ ਆ ਆ ਮੇਰਾ ਵੀਰ ਹੈ ਇਹ ਮੋਟਰਾਂ ਬੰਨਦਾ ਹੁੰਦਾ ਸਾਡੀਆਂ ਠੀਕ ਹੈ ਠੀਕ ਹੈ ਠੀਕ ਹੈ ਨਾ ਇਹ ਜਿੰਨਾ ਕੁ ਮੇਰਾ ਮੇਰੇ ਮੁੰਡੇ ਆਗੇ ਵਿਚਾਰੇ ਇਹ ਵਿਚਾਰੇ ਇੱਥੇ ਕੰਮ ਕਰਦੇ ਆ ਮੈਂ ਬਾਹਰ ਚਲੇ ਜਾਂਦਾ ਤੇ ਇਹ ਆਪੇ ਹੀ ਮੋਟਰਾਂ ਚਕਾਈ ਜਾਂਦਾ ਮੇਰਾ ਰੇਟ ਇਹਨਾਂ ਨਾਲ ਤੈਅ ਕੀਤਾ ਹੁੰਦਾ ਵੀ ਇੰਨੇ ਕੁ ਤੱਕ ਚਕਾ ਦਿਓ ਵੀ ਜੇ ਨਾ ਵੀ ਹੋਵੋ ਤਾਂ ਮੰਨ ਲਓ ਇਹ ਡੰਗ ਸਾਰ ਦਿੰਦੇ ਹਾਂ ਨਹੀਂ ਜੀ ਹੁਣ ਮੋਟਰਾਂ ਸਾਡੀਆਂ ਸਾਰੀਆਂ ਤਿਆਰ ਕੀਤੀਆਂ ਪੰਜਾਂ ਨੇ ਕੋਈ ਵੀ ਬੰਦੇ ਨੇ ਮੋਟਰ ਲੈਣੀ ਆ ਜਾਂ ਕਰਨੀ ਹੈਗੀ ਇਹ ਬੰਦਾ ਫੋਨ ਤੇ ਗੱਲ ਕਰ ਲੈਂਦੇ ਆ ਮੈਂ ਉਹਨੂੰ ਦੱਸ ਦਿੰਦਾ ਹਾਲਾਂਕਿ ਮੇਰੀ ਉੱਤੇ ਟੇਪ ਲਾ ਕੇ ਪਰਚੀ ਲਈ ਹੁੰਦੀ ਆ ਵੀ ਆਹ ਮੋਟਰ ਤੁਸੀਂ ਇੰਨੇ ਕੁ ਦੀ ਤੁਸੀਂ ਚੁਕਾ ਦਿਓ ਹਨਾ ਵੀ ਆਹ ਬੰਦੇ ਡੀਕੀ ਜਾਂਦੇ ਇਹਨਾਂ ਨੇ ਮੋਟਰਾਂ ਲੈ ਕੇ ਜਾਣੀਆਂ ਬਾਈ ਮੋਟਰਾਂ ਲੈਣੀ ਆਇਆ ਬਾਪੂ ਤੁਸੀਂ ਹਨਾ ਮੋਟਰ ਲੈਣ ਹਾਂਜੀ ਕਿਹੜਾ ਕਿਹੜਾ ਪਿੰਡ ਆ ਬੋਪਰਾ ਹੋਦਾ ਜੀ ਪਾਲਦੇ ਸਾਈ ਇੱਥੋਂ ਦੇ ਇੱਕ ਬੰਦੇ ਨਾਲ ਅੱਛਾ ਜੀ 4 ਪੂਰਾ ਬੰਦਾ ਬੜੇ ਦਾ ਠੀਕ ਹੈ ਜੀ ਠੀਕ ਹੈ ਮੋਟਰ ਬਣਾਉਨੇ ਆ ਜੀ ਇਹੇ ਜੇ ਬੰਦਾ ਇਹ ਜੀ ਮੋਟਰ ਦੇ ਮਾਰਦੇ ਕੋਈ ਪੈਸਾ ਨਹੀਂ ਬੰਦਾ ਕੋ ਇਹੇ ਜੇ ਬੰਦਾ ਮਾਨਦਾਰ ਜੀ ਮੁਸ਼ਕਲ ਆ ਹੁਣ ਕਿਤੇ ਏਰੀਏ 'ਚ ਵੀ ਹਾਂ ਨਹੀਂ ਕੰਮ ਕਰ ਰਹੇ ਜੀ ਐ ਨਹੀਂ ਤੈਨੂੰ ਕਹਣਾ ਵੀ ਤੇਰੀ ਇੰਨੇ ਦੀ ਰੱਖੂ ਮੈਂ ਇੰਨੇ ਦੂੰ ਉਹ ਨਹੀਂ ਕਰਨਾ ਇਹਨੇ ਪੰਜ ਤਿੰਨ ਆਹ ਹੁਣ ਮੋਟਰ ਲੈਣ ਨੂੰ ਖੜੇ ਆ ਬੋਪਾਰਾ ਵੀ ਮੋਟਰ ਬਣ ਜੇ ਤੂੰ ਜੀ ਇਹਦੀ ਵੀ ਲਗਾਈ ਸੀ ਪਹਿਲਾਂ ਜੀ 12 ਹੀ ਦੇਣੀਆਂ 15 ਹੀ ਲੈ ਕੇ ਜਾਣੇ ਹੁਣੇ ਤੋਂ ਫੇਰ ਇਹ ਕਹਿੰਦਾ ਬਾਈ ਚੱਕ ਲਿਓ ਕਹਿੰਦਾ ਲੈ ਜਾ ਮੋਟਰ ਤੇ ਆ ਬਾਈ ਤੁਸੀਂ ਵੀ ਮੋਟਰ ਲੈਣੀ ਆਏ ਆ ਹਾਂਜੀ ਕਾਸ਼ਮੀਰ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਚੰਨਵਾਲੀ
ਤੁਸੀਂ ਚੰਨਣ ਨਾਲ ਤੋਂ ਆਏ ਮੋਟਰ ਪਹਿਲਾਂ ਵੀ ਇੱਥੋਂ ਹੀ ਲੈ ਕੇ ਗਏ ਸੀ ਜਾਂ ਪਹਿਲੀ ਵਾਰ ਤੋਂ ਬਾਅਦ 50 ਮੋਟਰਾਂ ਚ ਕਰਤੀਆਂ ਬੱਲੇ ਬੱਲੇ ਹੁਣ ਪਾਈਆ ਮੋਟਰ 5-4 ਦਿਨ ਹੋਇਆ ਹਾਂ ਅਜੇ ਮੈਂ ਇਹਨੂੰ ਕਹਿੰਦਾ ਸੀ ਮੈਂ ਕਿਹਾ ਪੈਸੇ ਲੈ ਲਾ ਕਹਿੰਦਾ ਕੱਲ ਨੂੰ ਆ ਜੀ ਕੋਈ ਨਹੀਂ ਜਿੰਨਾ ਹੈ ਇਹਦੇ ਚ ਇੱਕ ਗੋਣਾ ਬੰਦੇ ਚ ਜੀ ਹੁਣ ਪਹਿਲੀ ਗੱਲ ਅਸੀਂ ਹੁਣ 150 ਤੋਂ ਉੱਪਰ ਛੱਡੀਆਂ ਮੋਟਰਾਂ ਜੀ 1600 ਪੈਪ ਆਇਆ ਜੀ ਇਹਨੂੰ ਇਹ ਕਹਿੰਦਾ ਨਹੀਂ ਤੀਰਾ ਸਿਆ ਕੱਢਣੀ ਬਹੁਤ ਔਖੀ ਆ ਜਿੰਨਾ ਹੁਣ ਮੈਂ 12.5 ਦੀ ਮੋਟਰ ਪਾਈ ਇਹਦੇ ਲਿਆ ਕੇ ਇਹ ਕਹਿੰਦਾ ਕਿੰਨਾ ਕਰਨਾ ਮੈਂ 22 ਕਰ ਦੇ 22 ਵੀ ਲੈ ਰਹੀ ਆ ਮੋਟਰ ਅਜੇ ਪੈਸੇ ਦੇਣਾ ਹੈ ਹੁਣ ਮੈਂ ਤੇ ਇਹ ਕਹਿੰਦਾ ਕੋਈ ਗੱਲ ਹੀ ਨਹੀਂ ਹਫ਼ਤਾ ਬਾਅਦ ਪੈਸੇ ਲੈਂਦਾ ਬੰਦਾ ਇਹ ਨਹੀਂ ਜੇ ਕੋਈ ਠੱਗੀ ਠੱਪਾ ਮਾਰਨਾ ਹੋਵੇ ਬੰਦੇ ਨੇ ਨਾ ਹਾਂ ਉਹ ਕਹਿੰਦਾ ਤੂੰ ਪੈਸੇ ਫੜਾ ਕੌਣ ਆ ਤੂੰ ਹਾਂ ਮੁੜ ਕੇ ਅਗਲਾ ਨਾ ਜਾ ਯਾਰ ਕੰਮ ਫੋਨ ਹੀ ਨਹੀਂ ਚੱਕਦੇ ਬੈਰਿੰਗ ਨਹੀਂ ਇਹਦੇ ਆਏ ਨਹੀਂ ਜਿਹੜੀ ਚੀਜ਼ ਇਹਨੇ ਕਹਿਤੀ ਅਸੀਂ ਇਹਨੂੰ ਆ ਕਹਿੰਦੇ ਹੁੰਦੇ ਖੜਾ ਪੈਸੇ ਠੋਕ ਕੇ ਲੈ ਪਰ ਇਹ ਜੇ ਕੱਢਣੀਆਂ ਪਾਉਣੀਆਂ ਨਾ ਅੱਜ ਕੱਲ ਹੁਣ ਤੋਂ ਗਰਮੈਸ਼ ਬੱਕੀਆਂ ਚੜ ਜਾਂਦੀਆਂ ਦਿਹਾੜੀ ਮਰ ਜਾਂਦੀ ਆ ਦਿਹਾੜੀ ਕੱਢਣ ਤੇ ਲੱਗ ਜਾਂਦੀ ਦਿਹਾੜੀ ਪਾਉਣ ਤੇ ਲੱਗ ਜਾਂਦੀ ਆ ਤੇ ਰਾਤ ਨੂੰ ਪਾਈਪਾਂ ਕੋਲੇ ਪੈਣਾ ਪੈਂਦਾ ਉੱਥੇ ਮੱਛਰ ਖਾ ਜਾਂਦਾ ਹਾਂ ਰਾਤ ਨੂੰ ਬਾਪੂ ਜੇ ਛੱਡਦੇ ਤਾਂ ਖੇਲ ਤੇ ਲੀਟਰ ਨਹੀਂ ਬੰਦੇ ਤੇ ਮਾਨ ਆ ਸਾਨੂੰ ਇਹ ਤੇ ਹਨਾ ਜਿੱਤੇ ਦੀ ਇਹਨੇ 2004 ਦੁਕਾਨ ਕੀਤੀ ਆ ਅਸੀਂ ਉੱਦੇ ਦੀ ਗਾਹਕ ਲੱਗੇ ਵੇ ਇਹਦੇ ਤੇ ਮੋਟਰਾਂ ਮਾਟਰ ਤਾਂ ਅਸੀਂ ਆ ਸਕੀਰੀਆਂ ਤੇ ਜਿੰਨੀਆਂ ਵੀ ਸਕੀਰੀਆਂ ਸਭ ਮੈਂ ਕਹਿੰਦਾ ਵੀ ਦੋ ਕਰੀ ਬਾਈ ਫੋਨ ਕਰੀ ਕਿਹੜਾ ਆ ਜਾ ਜਦੋਂ ਸਕੀਰੀ ਵਾਲੇ ਦੇ ਜਦੋਂ ਮਾਸੀ ਦੇ ਘਰੇ ਜਾਂਦੇ ਆ ਤੇ ਜਾ ਕੇ ਮਾਸੀ ਦਾ ਹਾਲ ਪੁੱਛਣ ਦੇ ਨਾਲ ਮੋਟਰ ਦਾ ਵੀ ਪੁੱਛ ਲੈਨੇ ਵੀ ਮੋਟਰ ਕਿਵੇਂ ਚੱਲਦੀ ਆ ਮੋਟਰ ਕਿਵੇਂ ਚੱਲਦੀ ਆ ਠੀਕ ਆ ਉਹ ਬੇਟਾ ਭਾਣ ਜਾ ਆ ਇਹ ਕੋਈ ਸਾਨੂੰ ਕਹਿੰਦੇ ਦਸ਼ੱਲੀ ਆ ਬੰਦੇ ਤੇ ਏਰੀ ਆਉਣਾ ਨਹੀਂ ਹੋਰ ਬਥੇਰੇ ਗਾ ਕਿੱਥੇ ਕਿੰਨੇ ਗਾ ਕੋਤੇ ਨਹੀਂ ਬਿਲਕੁਲ ਬਾਪੂ ਬਿਲਕੁਲ ਕੋਈ ਕੌਣ ਇਹ ਏਰੀਆ ਚ ਤੂਤੀ ਬੋਲ ਲੱਗੀ ਇਹ ਬੰਦੇ ਹੁਣ ਅਸੀਂ ਕਦੋਂ ਰਾਤ ਨੂੰ ਫੋਨ ਕਰ ਲਗੇ ਇਹਨੇ ਬੰਦੇ ਨੇ ਉਹ ਤਾਂ ਜਾਣਾ ਉੱਤੇ ਇੱਕ ਇੱਕ ਹੋਰ ਗਾ ਗਿਆ ਜੀ ਮੰਨ ਕੇ ਚੱਲੋ ਕੋਈ ਸਾਡੀ ਮੋਟਰ ਨੂੰ ਥੋੜਾ ਜਿਹਾ ਆਉਣਗ ਪਿਆ ਵਾ ਜੀ ਰਾਤ ਨੂੰ ਸਾਡੀ ਹੁਣ 11 ਵਜੇ ਵੀ ਲਾਈਟ ਆਉਂਦੀ ਆ 12 ਵਜੇ ਵੀ ਇਹਨਾਂ ਦਾ ਕੋਈ ਪਤਾ ਨਹੀਂ ਜੀ ਇਹਨੇ ਕਹਣਾ ਬਾਈ ਚਾਬੀ ਦੇਖ ਕੇ ਦੱਸੇ ਮੈਨੂੰ ਤੂੰ ਨਾ ਜਾ ਰਹਿ ਜਦੋਂ ਕਿ ਮੋਟਰ ਮੱਚੀ ਗਈ ਹੋਈ ਫਿਰ ਤਾਂ ਉਹਨੇ ਚੱਲਣਾ ਕੀ ਰਾਤ ਨੂੰ ਕੱਢਣਾ ਕੀ ਆ ਹੱਡ ਵੀ ਤੇ ਦੱਸਦਾ ਤੈਨੂੰ ਜਾਣਦੀ ਇਹ ਬੰਦੇ ਨੇ ਪਰਾਰ ਮੇਰੇ ਨਾਲ 12 ਵਜੇ ਚੱਲ ਕੇ ਟਰਾਫਮ ਤੇ ਆਪ ਚੜਦਾ ਨਹੀਂ ਕੋਈ ਬੰਦਾ ਕਹਿੰਦਾ ਬਾਈ ਤੂੰ ਕੱਲਾ ਖੜੀ ਜਾਈ ਘਰੋਂ ਵੀ ਕਿਹਾ ਵੀ ਤੁਸੀਂ ਰਾਤ ਨੂੰ ਜਾਓ ਨਾ ਜੀ ਇਹ ਕਹਿੰਦਾ ਇਹ ਸਕੂਟਰੀ ਲੈ ਕੇ ਆਪਦੀ ਮੇਰੇ ਬਾਹਰ ਚ ਆ ਲਈ ਇਹਨੇ 11 12 ਵਜੇ ਰਾਤ ਨੂੰ ਲਾਸਟ ਪਾਣੀ ਜੀ ਕਣਕ ਨੂੰ ਆਇਆ ਹੁੰਦਾ ਹੀ ਆ ਵੀ ਚੱਲ ਲਾਲਚ ਹੁੰਦਾ ਆਪਾਂ ਹਾਂ ਬੰਦੇ ਨੇ ਜਾਣੀ ਦੀ ਐ ਦੱਸਦਾ ਬਾਈ ਤੇਰਾ ਟਰਾਫਾ ਮੱਚ ਗਿਆ ਮੋਟਰ ਨੂੰ ਕੋਈ ਨੋਕ ਨਹੀਂ ਮੋਟਰ ਰੋਕੇ ਇੱਥੇ ਮੈਂ ਬਾਈ ਹੁਣਾਂ ਕੋਲੇ ਆਇਆ ਯਾਰ ਗੱਲਬਾਤ ਕਰਕੇ ਆਨੰਦ ਆ ਗਿਆ ਬਾਈ ਹੁਣਾਂ ਦੇ ਨਾਲ ਤੇ ਜਦੋਂ ਤੁਸੀਂ ਚੰਨਣ ਨਾਲ ਪਿੰਡ ਆਉਂਗੇ ਨਾ ਚੰਨਣ ਨਾਲ ਪਿੰਡ ਆਉਂਗੇ ਤਾਂ ਆਹ ਜਿਹੜੀ ਇੱਧਰਲੇ ਪਾਸੇ ਨੂੰ ਰਾਏਸਰ ਨੂੰ ਸੜਕ ਜਾਂਦੀ ਆ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਾਲੀ ਤੇ ਇੱਧਰਲੇ ਪਾਸੇ ਨੂੰ ਦੇਖੀ ਬੇਟਾ ਮਗਰ ਇੱਧਰ ਇੱਧਰਲੇ ਪਾਸੇ ਸਰਬੰਸਦਾਨੀ ਚੌਂਕ ਬਣਿਆ ਹੋਇਆ ਬਹੁਤ ਸੋਹਣਾ ਪਿੰਡ ਦੇ ਵਿੱਚ ਕਿਸੇ ਪਿੰਡ ਦੀ ਕਲੱਬ ਨੇ ਜਾਂ ਪੰਚਾਇਤ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਰਬੰਸਦਾਨੀ ਚੌਂਕ ਬਣਿਆ ਹੋਇਆ ਸਰਬੰਸਦਾਨੀ ਚੌਂਕ ਤੋਂ ਤੁਸੀਂ ਰਾਏਸਰ ਨੂੰ ਜਦੋਂ ਸੜਕ ਜਾਂਦੀ ਆ ਤਾਂ ਉਸ ਸੜਕ ਦੇ ਉੱਤੇ ਗਿੱਲ ਇਲੈਕਟ੍ਰੀਸ਼ਨ ਵਰਕਸ ਆ ਬਹੁਤ ਚੰਗਾ ਉਹ ਦੇਖੋ ਮੂਹਰੇ ਬਰਕੈਣਾਂ ਲੱਗੀਆਂ ਹੋਈਆਂ ਅਤੇ ਨੇੜੇ ਸੀਮੈਂਟ ਵਾਲੀ ਦੁਕਾਨ ਆ ਅਤੇ ਇੱਥੇ ਆ ਕੇ ਤੁਸੀਂ ਬਾਈ ਹੁਣਾਂ ਨੂੰ ਮਿਲ ਸਕਦੇ ਆ ਜੇ ਬੰਦੇ ਨੇ ਆਉਣਾ ਹੈ ਕੋਈ ਮੋਟਰ ਲੈਣੀ ਆ ਜਾਂ ਦੇਖਣੀ ਆ ਮੋਟਰ ਨਹੀਂ ਤਾਂ ਅੱਜ ਕੱਲ੍ਹ ਤਾਂ ਫੋਨ ਹੈਗੇ ਆ ਅਤੇ ਵਟਸਐਪ 'ਤੇ ਫੋਟੋ ਮੰਗਾਈਆਂ ਵੀ ਜਾਂਦੀਆਂ ਭੇਜੀਆਂ ਵੀ ਜਾਂਦੀਆਂ ਅਤੇ ਬਾਈ ਦਾ ਸੁਭਾਅ ਕਿਹੋ ਜਿਹਾ ਲੱਗਿਆ ਅਤੇ ਜੇ ਕਿਸੇ ਨੂੰ ਮੋਟਰ ਚਾਹੀਦੀ ਹੋਈ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ